अस्सलाम वालेकुम। वालेकुम सलाम। एक फ्रेम में आज दो शहजादे मिल गए, मेरी किस्मत है। बिल्कुल जी। तैमूर मिर्जा तू टेप बाल मास्टर तैमूर मिर्जा का सफर कितना आसान सी और कितना मुश्किल सी? सफर कोई भी है तुम्हें पता है मुश्किल है, आसान कोई भी नहीं है, स्ट्रगल है हर एक जिन्ना जड़ा भी सफर तुम करोगे तो स्ट्रगल है, तुम्हारी मेहनत है, तुम्हारी लगन है। तो मेरे ख्याल नाल तैमूर मिर्जा बनने लिए मैं 13-14 साल लग गए ने, अज अल्लाह ताला ने मकाम ते लिया अलहमदुल्ला। कोई मुश्किलात भी देखियां या बस चढ़ाई ते चढ़ाई चढ़ाई ते चढ़ाई? बड़िया मुश्किलात देखियां, मैं पहला भी काफ़ी इंटरव्यू दस चुकिया वा कि मैं तो एक पिंड का रहने वाला बंदा वा। और पिंड भी ऐसा जिदे बारे पहले अगर जिक्र होंदा सी ते लड़ाई झगड़ा या कलाशनकोफ कल्चर प्रमोट करने वाला पिंड सी वांडो। बेसिकली खुद जिहड़ा वे ओ इलाका ठीक है, वांडो साड मेरा ग्रां है मेन, वह कोई डेंजरस वाला काम नहीं। नाल जिहड़े पिंड सन वह काफ़ी देर पहला सन ਤਾਂ ਥੋੜ੍ਹਾ ਜਿਹਾ ਮਸ਼ਹੂਰ ਹੋਇਆ ਸੀ ਪਹਿਲਾਂ, ਲੇਕਿਨ ਅਲਹਮਦੁਲਿਲਾ ਹੁਣ ਅੱਛੇ ਲਫਜ਼ਾਂ ਯਾਦ ਕੀਤਾ ਜਾਏ। ਨਹੀਂ ਹੁਣ ਤੈਮੂਰ ਮਿਰਜ਼ਾ ਦੇ ਨਾਂ ਨਾਲ ਯਾਦ ਕੀਤਾ ਜਾਏ। ਅਲਹਮਦੁਲਿਲਾ ਅਲਹਮਦੁਲਿਲਾ ਕਰਮ ਮਾਲਕ ਦਾ। ਕੀ ਕੀ ਮੁਸ਼ਕਿਲ ਆਈ ਕੋਈ ਅਗਰ ਸਾਡੇ ਹੀ ਆਵਾਮ ਨੂੰ ਦੱਸ ਦਿਓ ਤੁਸੀਂ? ਮੁਸ਼ਕਿਲਾਂ ਵੇਖੋ ਸਾਡੇ ਕੋਲ ਸੋਰਸਿਸ ਨਹੀਂ ਹਨ ਆਇਆ ਵੀ, ਮੈਂ ਬੇਸਿਕਲੀ ਇੱਕ ਮਿਡਲ ਕਲਾਸ ਤਬਕੇ ਨਾਲ ਤਲਕ ਰੱਖਣ ਵਾਲਾ ਬੰਦਾ ਵਾਂ, ਅਤੇ ਕੋਈ ਇੰਨੀਆਂ ਚੀਜ਼ਾਂ ਕੋਲ ਨਹੀਂ ਸਨ ਆਇਆ ਵੀ ਜਿਹੜੀਆਂ ਮਸਲਾਂ ਸਾਡੇ ਨਾਲ ਹਾਸਲ ਕੀਤੀਆਂ ਜਾਣ। ਕ੍ਰਿਕਟ ਵੀ ਇੰਨੀ ਨਹੀਂ ਸੀ ਹੈ ਸਾਡੇ ਪਿੰਡ ਦੇ ਵਿੱਚ ਜਿਵੇਂ ਹੁੰਦੀ ਹੈ ਇੱਕ, ਲੇਕਿਨ ਇੱਕ ਚਾਹਤ ਲਗਨ ਹੈ ਸੀ ਦਿਲ ਦੇ ਵਿੱਚ ਕਿ ਇਨਸ਼ਾਅੱਲਾ ਤਾਲਾ ਮਿਹਨਤ ਕਰਨੀ ਇਹਦਾ ਨਾਮ ਬਣਾਉਣਾ ਹੋਵੇ। ਬਾਕੀ ਟਰੈਵਲ ਕਰਨ ਦਾ ਬੜਾ ਮੁਸ਼ਕਲ ਸੀ, ਬਾਈਕ ਤੱਕ ਕੋਲ ਨਹੀਂ ਹੈ ਵੀ, ਸਾਈਕਲ ਹੀ ਕੋਲ ਹੈ, ਕੋਈ ਚੀਜ਼ ਵੀ ਨਹੀਂ ਹੈ, ਲੇਕਿਨ ਦਿਲੋਂ ਜਾਨ ਨਾਲ ਮਿਹਨਤ ਕੀਤੀ ਹੈ। ਮੈਨੂੰ ਯਾਦ ਹੈ ਕਿ ਬੱਸਾਂ 'ਤੇ, ਟਿਉਡੀਆਂ 'ਤੇ, ਮੋਟਰਸਾਈਕਲਾਂ 'ਤੇ, ਲੋਕਲ ਸਫਰਾਂ ਨਾਲ ਬਹੁਤ ਜ਼ਿਆਦਾ ਸਟਰਗਲ ਕੀਤੀ ਹੈ ਸਾ, ਅਤੇ ਅੱਜ ਅੱਲਾਹ ਤਾਲਾ ਨੇ ਮੁਕਾਮ ਦਿੱਤਾ ਵੇ। ਮਾਸ਼ਾਅੱਲਾ, ਅੱਲਾਹ ਤਾਲਾ ਇਸੇ ਤਰ੍ਹਾਂ ਇਜ਼ਤਾਂ ਬਰਕਰਾਰ ਕਿ ਮਾਜ ਤੋਂ ਪਹਿਲੇ ਨਾ ਫੁੱਟਬਾਲ ਦੇ ਮੈਚਾਂ ਵਿੱਚ ਇਸ ਤਰ੍ਹਾਂ ਦਾ ਸੀਨ ਦੇਖਦਾ ਸਾਂ। ਮੈਂ ਕ੍ਰਿਕਟ ਨਹੀਂ ਦੇਖਦਾ ਸ਼ਾਇਦ ਇਸ ਗੱਲ ਹੈ ਕਿ ਆਡੀਅੰਸ ਜਿਹੜੀ ਨਾ ਪਿੱਚ ਉੱਤੇ ਗਰਾਊਂਡ ਦੇ ਅੰਦਰ ਚਲੀ ਜਾਏ ਉਹ ਜਾ ਕੇ ਸੈਲਫੀ ਲਏ, ਠੀਕ ਹੈ, ਜਾਂ ਟੀ ਵੀ ਉੱਤੇ ਸ਼ਾਦਰ ਨਾਦਰ ਕਿਸੇ ਨਜ਼ਰ ਆਉਂਦਾ। ਤਾਂ ਅੱਜ ਮੈਂ ਦੇਖਿਆ ਮਾਸ਼ਾਅੱਲਾ ਕਦੇ ਇੱਕ ਬੰਦਾ ਆ ਰਿਹਾ, ਦੂਸਰਾ ਆ ਰਿਹਾ, ਤਸਵੀਰ ਬਣਾ ਰਿਹਾ, ਕੈਸਾ ਫੀਲ ਹੁੰਦਾ? ਦੇਖੋ ਅਲਹਮਦੁਲਿਲਾ ਅੱਲਾਹ ਦਾ ਕਰਮ ਹੈ, ਤੁਹਾਨੂੰ ਪਤਾ ਇੱਕ ਪ੍ਰਾਊਡ ਵਾਲਾ ਲਮ੍ਹਾ ਹੁੰਦਾ ਇਨਸਾਨ ਲਈ, ਇਨਸਾਨ ਇਹਨਾਂ ਚੀਜ਼ਾਂ ਲਈ ਸਾਰੀ ਸਟਰਗਲ ਕਰਦਾ ਹੁੰਦਾ ਵੇ। ਅੱਲਾਹ ਦਾ ਸ਼ੁਕਰ ਅਦਾ ਕਰੀਦਾ ਅਲਹਮਦੁਲਿਲਾ ਹਰ ਹਾਲ ਦੇ ਵਿੱਚ ਕਿ ਯਾ ਅੱਲਾਹ ਤੇਰਾ ਸ਼ੁਕਰ ਇਸ ਕਾਬਲ ਬਣਾਇਆ ਜੀ, ਇਹ ਚਾਹਤ ਮੁਹੱਬਤ ਲੋਕਾਂ ਦੇ ਦਿਲਾਂ ਸਾਡੀ ਪਾਈ ਆ, ਅਤੇ ਬੜਾ ਉਹਦਾ ਕਰਮ ਹੈ ਅਲਹਮਦੁਲਿਲਾ, ਬੜਾ ਅੱਛਾ ਫੀਲ। ਬਿਲਕੁਲ ਠੀਕ। ਹੁਣ ਸਰਮਨ ਭਾਈ ਤੁਹਾਡੇ ਸਾਹ ਤੋਂ ਸਵਾਲ ਕਰਾਂਗੇ। ਪਹਿਲੀ ਚੀਜ਼ ਹੈ ਕਿ ਤੁਸੀਂ ਸਾਡੇ ਜ਼ਿਲ੍ਹੇ ਦਾ ਫਖਰ ਹੋ, ਅੱਲਾਹ ਤਾਲਾ ਤੁਹਾਨੂੰ ਬਹੁਤ ਸਾਰੀ ਇਸਤਾਂ ਦੇ। ਮੈਂ ਛੋਟਾ ਜਿਹਾ ਸੀ ਤੁਹਾਨੂੰ ਦੇਖ ਰਿਹਾ ਔਰ ਹਮੇਸ਼ਾ ਤੁਹਾਡੇ ਲਈ ਮੈਂ ਇੱਕ ਜੁਮਲਾ ਇਸਤੇਮਾਲ ਕਰਦਾ ਹੁੰਦਾ ਕਿ ਤੁਸਾਂ ਨਾਲ ਆਵਾਮ ਦੀਆਂ ਦੁਆਵਾਂ ਖੇਡਦੀਆਂ, ਤੁਸੀਂ ਇਕੱਲੇ ਨਹੀਂ ਖੇਡਦੇ। ਬਿਲਕੁਲ ਠੀਕ ਹੈ, ਸ਼ਾਇਦ ਇਹਦੇ ਪਿੱਛੇ ਡਾਊਨ ਟੂ ਅਰਥ ਹੋਣਾ ਤੁਹਾਡੀ ਇੱਕ ਵਜ੍ਹਾ ਹੈ। ਕਲਾਸ ਮਾਸਟਰ ਤੱਕ ਜਾਂਦਿਆਂ ਸਰਮਦ ਹਮੀਦ ਨੂੰ ਕਿੰਨਾ ਵਕਤ ਲੱਗਾ, ਕੀ ਫੇਸ ਕਰਨਾ ਪਿਆ, ਔਰ ਮੈਂ ਤਾਂ ਜਾਣਨਾ ਪਬਲਿਕਲੀ ਦੱਸੋ। ਬਿਲਕੁਲ ਜੀ, ਗੱਲ ਹੈ ਜੀ, ਜੈਸੇ ਤੁਹਾਨੂੰ ਪਤਾ ਕਿ ਜਿਸ ਤਰ੍ਹਾਂ ਸਟਾਰਟ ਹੈ ਸਾਡਾ ਇੱਕ ਛੋਟਾ ਸ਼ਹਿਰ ਸੀ, ਉਸ ਤਰ੍ਹਾਂ ਇਤਨੀ ਮਤਲਬ ਇਤਨੀ ਫੈਸਿਲਿਟੀਆਂ ਨਹੀਂ ਸੜਨਾ। ਸੇਮ ਜਿਸ ਤਰ੍ਹਾਂ ਤੈਮੂਰ ਭਾਈ ਕਹਿ ਰਹੇ, ਹਰ ਬੰਦਾ ਮਿਹਨਤ ਕਰਕੇ ਆਉਂਦਾ ਯਾਰ, ਇਹਦੇ 'ਚ ਹੁਣ ਬਹੁਤ ਲੰਬਾ ਸਫ਼ਰ ਹੈ। ਤੁਹਾਨੂੰ ਪਤਾ 5 ਸਾਲ ਹਾਰਡਬੋਲ ਖੇਲੀਏ, ਹੁਣ 3ਰਾ 4ਥਾ ਸਾਲ ਹੈ ਟੇਪ ਬਾਲ 'ਤੇ, ਇਹ ਸਟਰਗਲ ਤਾਂ ਬਹੁਤ ਹੈ ਯਾਰ। ਪਾਕਿਸਤਾਨੀ ਟੀਮ ਕਿਉਂ ਨਹੀਂ ਜੁਆਇਨ ਕੀਤੀ, ਜਾਂ ਮੌਕਾ ਨਹੀਂ ਮਿਲਦਾ, ਜਾਂ ਪੈਸੇ ਕੋਈ ਨਹੀਂ ਇਤਨੇ ਕੋਲ? ਨਹੀਂ ਇਹ ਕੁਝ ਵੀ ਨਹੀਂ ਯਾਰ, ਬਸ ਮੈਂ ਕਹਿੰਦਾ ਕਿ ਮੇਰੇ ਨਸੀਬ ਦੀ ਗੱਲ ਹੈ, ਠੀਕ ਹੈ, ਮਿਹਨਤ ਕਾਫੀ ਕੀਤੀ ਹੈ, ਬਸ ਜੋ ਜਿਸ ਤਰ੍ਹਾਂ ਅੱਲਾਹ ਪਾਕ ਨੂੰ ਮਨਜ਼ੂਰ ਸੀ ਉਸ ਤਰ੍ਹਾਂ। ਕੀ ਵਜ੍ਹਾ ਕੀ ਬਣੀ? ਮੈਂ ਅਸੀਂ ਗੇਮ ਦੇਖਦੇ ਹਾਂ ਮਾਸ਼ਾਅੱਲਾ ਉਸੇ ਤਰ੍ਹਾਂ ਹੀ ਖੇਡਦੇ ਹੋ, ਬਲਕਿ ਉਹਨਾਂ ਤੋਂ ਅੱਛਾ ਹੀ ਖੇਡ ਲੈਂਦੇ ਹੋ। ਗੇਮ ਕੁਝ ਯਾਰ ਕੁਝ ਮੈਨੂੰ ਚਾਂਸਿਸ ਮਿਲੇ, ਮੇਰੇ ਕੋਲ ਅਵੇਲ ਨਹੀਂ ਹੋਏ, ਪਹਿਲੀ ਤਾਂ ਗੱਲ ਇਹ, ਅਤੇ ਕੁਝ ਜਗ੍ਹਾ 'ਤੇ ਤੁਹਾਨੂੰ ਪਤਾ ਅਸੀਂ ਛੋਟੇ ਸ਼ਹਿਰ ਦੇ ਹਾਂ, ਉਸ ਤਰ੍ਹਾਂ ਦੀ ਅਪਰਚੁਨਿਟੀ ਵੀ ਨਹੀਂ ਸਾਨੂੰ, ਉਸ ਤਰ੍ਹਾਂ ਦੀ ਵੈਲਿਊ ਵੀ ਨਹੀਂ ਮਿਲਦੀ, ਇਹ ਤੁਹਾਨੂੰ ਪਤਾ ਹੈ। ਸਿਰਫ ਛੋਟਾ ਸ਼ਹਿਰ ਤੋਂ ਬਲੇਮ ਕਰਦੀ ਤਾਂ ਕ੍ਰਿਕਟ ਬੋਰਡ ਨੂੰ ਬਲੇਮ ਨਹੀਂ ਕੀਤਾ? ਜ਼ਾਹਿਰ ਜੀ ਗੱਲ ਉਹਨਾਂ ਤੋਂ ਹੀ ਕਹਿ ਰਿਹਾ ਕਿ ਯਾਰ ਛੋਟੇ ਸ਼ਹਿਰ 'ਤੇ ਸਹੂਲੀਅਤ ਘੱਟ ਨਾ ਯਾਰ। ਲਾਹੌਰ ਜਾ ਸਕਦੇ ਸੋ ਤੁਸੀਂ, ਹੁਣ ਤੁਸੀਂ ਬਹੁਤ ਅੱਛਾ ਅਰਨ ਕਰਦੇ ਹੋ, ਤੁਹਾਡੇ ਇੱਕ ਦੋਸਤ ਨੂੰ ਮੈਨੂੰ ਦੱਸਦੇ ਰਹਿੰਦੇ ਨੇ ਸਰਬੰਧ ਨੇ ਅੱਜ ਇਤਨੀ ਫੀਸ ਲਈ, ਸਰਬੰਧ ਨੇ ਅੱਜ ਇਤਨੀ ਫੀਸ ਲਈ। ਨਹੀਂ ਇਹ ਤਾਂ ਤੁਹਾਨੂੰ ਪਤਾ ਹੈ, ਤੁਸੀਂ ਨਾਲ ਹੈ ਸਾਰਿਆਂ ਦੇ। ਕਿਤਨੀ ਫੀਸ ਲੈਂਦੇ ਹੈ ਇੱਕ ਮੈਚ ਕੀ ਆਪ? ਇਹ ਤੈਮੂਰ ਭਾਈ ਤੁਹਾਨੂੰ ਦੱਸਣਗੇ। ਨਹੀਂ ਆਪ ਤੈਮੂਰ ਭਾਈ ਜੀ ਆਪ ਤੁਹਾਨੂੰ ਪੁੱਛਾਂਗੇ, ਆਪ ਬਤਾਏ ਤਾਂ ਇੱਕ ਮੈਚ ਕੀ ਸਰਬੰਧ ਅਮੀਰ ਕਿਤਨੀ ਫੀਸ ਲੈਂਦਾ ਦਾ ਕਲਾਸ ਮਾਸਟਰ? 10,000 ਰੁਪਏ।
ਇਹ ਝੂਠ ਹੈ। 40,000 ਤਾਂ ਅੱਜ ਲਈ ਹੈ ਤੁਸੀਂ? ਨਹੀਂ ਨਹੀਂ ਯਾਰ, ਇਹ ਤਾਂ ਜਿੱਤ ਮਤਲਬ ਜਿੱਤੇ ਮੂਤ ਦੀ ਗੱਲ ਹਨ, ਠੀਕ ਹੈ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਇੱਥੇ ਅੱਜ ਕੱਲ੍ਹ ਚੱਲ ਰਿਹਾ ਟੇਪ ਬੋਲੀ ਚ। ਨਹੀਂ ਤੁਸੀਂ ਦੱਸਣਾ ਚਾਹੁੰਦੇ? ਸਭ ਤੋਂ ਜ਼ਿਆਦਾ ਇਨਾਮ ਅੱਜ ਤੱਕ ਕਿਤਨਾ ਹੋਇਆ ਔਰ ਕਿਸ ਜਗ੍ਹਾ ਤੇ ਹੋਇਆ? ਇਨਾਮ ਅਲਹਮਦੁਲਿਲਾ ਯਾਰ, ਅੱਲਾਹ ਪਾ ਦਾ ਸ਼ੁਕਰ ਹੈ, ਠੀਕ ਹੋ ਗਿਆ ਯਾਰ 60-70,000 ਤੱਕ। ਯਾ ਸਭ ਤੋਂ ਜ਼ਿਆਦਾ ਅੱਜ ਤੱਕ 60-70,000 ਰੁਪਇਆ ਹੋਇਆ? 80,000 ਵੀ ਹੋਇਆ। 80,000 ਥੋੜਾ ਜਿਹਾ ਹੋਰ? ਨਹੀਂ, ਇਹ ਕਿਸ ਜਗ੍ਹਾ ਤੇ 80,000 ਇਨਾਮ ਮਿਲਿਆ? ਝੂਠ ਤੱਕ ਨਹੀਂ, ਝੂਠ ਤੇ ਨਹੀਂ ਬੋਲਦਾ ਮੈਂ, ਸੱਚੀ ਬੋਲਦਾ। ਇਨਾਮ ਕਿਸ ਜਗ੍ਹਾ ਤੇ ਮਿਲਿਆ ਸੀ? 80,000 ਰੁਪਇਆ ਲਾਹੌਰ ਤੋਂ ਸਟਾਰਟ ਹੋਇਆ ਮੇਰਾ। ਲਾਹੌਰ ਤੋਂ ਸਟਾਰਟ ਹੋਇਆ ਟੂਰਨਾਮੈਂਟ? ਹਾਂਜੀ। ਐਸਾ ਕੋਈ ਪਾਕਿਸਤਾਨ ਟੇਪ ਬਾਲ ਚ ਬਾਲਰ ਹੈ ਜਿਹਨੂੰ ਤੁਸੀਂ ਫੇਸ ਕਰਨਾ ਨਹੀਂ ਚਾਹੁੰਦੇ? ਨਹੀਂ, ਹੁਣ ਤੇ ਤਕਰੀਬਨ ਖੇਲ ਹੀ ਲੈਣ ਸਾਰੇ। ਵੈਸੇ ਕੋਈ ਹੈ ਜਿਹਦੇ ਬਾਲਿੰਗ ਆ ਜਿਹੜਾ ਤੁਸੀਂ ਜ਼ਰਾ ਬਹੁਤ ਜ਼ਿਆਦਾ ਮੁਤਾਤ ਹੋ ਜਾਂਦੇ ਹੋ? ਇਟ ਨਹੀਂ ਕਰਦੇ ਦੇਰ ਤੱਕ ਅਸੀਂ ਆ, ਕਿਉਂਕਿ ਉਹਨਾਂ ਨੂੰ ਪੜ੍ਹਨਾ ਬਹੁਤ ਮੁਸ਼ਕਿਲ ਹੈ, ਪੜ੍ਹਨਾ ਬਹੁਤ ਮੁਸ਼ਕਿਲ ਹੈ, ਉਹਨਾਂ ਕੋਲ ਜਿੰਨੀ ਕੁ ਬਾਲ ਹੈ ਉਹਨਾਂ ਕੋਲ ਲੈਣਾ ਬਹੁਤ ਮੁਸ਼ਕਿਲ ਕੰਮ। ਯਾਨੀ ਉਸਤਾਦ ਜ਼ਹੀਰ ਦਾ ਤੁਸੀਂ ਨਾਂ ਲੈ ਰਹੇ? ਬਿਲਕੁਲ। ਸਵਿੰਗ ਹੈ ਉਹਨਾਂ ਕੋਲ, ਪੇਸ ਹੈ, ਕਿਸ ਚੀਜ਼ ਤੋਂ ਜਾਣੀ ਤੁਸੀਂ? ਯਾਰ ਸਵਿੰਗ ਵਰਾਇਟੀ ਉਹਨਾਂ ਕੋਲ ਇੱਕ ਦੋ ਬਾਲ ਤਾਂ ਹੈ ਨਹੀਂ, ਕੁਛ 6-7 ਬਾਲ ਹਨ ਉਹਨਾਂ ਕੋਲ, ਤੁਸੀਂ ਮਤਲਬ ਉਹਨਾਂ ਕੀ ਪੜ੍ਹ ਨਹੀਂ ਸਕਦੇ, ਉਹਨਾਂ ਇੰਨਾ ਤਜਰਬਾ ਹੈ ਮਾਸ਼ਾਅੱਲਾ। ਐਵੇਂ ਇਤਨੀ ਕ੍ਰਿਕਟ ਨਹੀਂ ਖੇਲੇ, 5-5 ਹੋ ਗਏ ਯਾਰ। ਕਿਤਨੇ ਸਿਕਸਿਸ ਤੁਸੀਂ ਸ਼ੋਰ ਹੁੰਦੇ ਹੋ ਵੀ ਆ ਮੈਚ ਸਟਾਰਟ ਹੋਣ ਤੋਂ ਪਹਿਲੇ ਕਿਤਨੇ ਮੈਂ ਲਗਾ ਲਾਂਗਾ ਇੱਕ ਮੈਚ? ਨਹੀਂ ਨਹੀਂ, ਕੁਝ ਵੀ, ਕੋਈ ਸ਼ੋਰਟੀ ਨਹੀਂ ਹੈ? ਨਹੀਂ, ਕੋਈ ਸ਼ੋਰਟੀ ਨਹੀਂ। ਪਹਿਲੀ ਬਾਲ ਦੇ ਵੀ ਆਊਟ ਹੋ ਜਾਓ ਤੂੰ, ਅੱਲਾਹ ਪਾਕ ਇੱਜ਼ਤ ਰੱਖੋ। ਪਾਕਿਸਤਾਨੀ ਟੀਮ ਦੇ ਕੁਝ ਬਾਲਰ ਦੇ ਮੈਂ ਨਾਂ ਲਵਾਂਗਾ, ਤੁਸੀਂ ਮੈਨੂੰ ਦੱਸਣਾ ਅਗਰ ਉਹ ਤੁਸੀਂ ਓਵਰ ਕਰਨ ਤਾਂ ਤੁਸੀਂ ਉਹਨਾਂ ਨੂੰ 6 ਲਾ ਲੈਸੋ ਜਾਂ ਨਹੀਂ? ਨਹੀਂ ਯਾਰ, ਮੈਂ ਇਸ ਤੇ ਨਹੀਂ, ਇਸ ਟਾਪਿਕ ਤੇ ਮੈਂ ਨਹੀਂ ਬੋਲ ਸਕਦਾ ਯਾਰ, ਇਹ ਕਿਹੜਾ ਇਹ ਕੋਈ ਸਵਾਲ? ਸ਼ਾਹੀਨ ਸ਼ਾਹ ਅਫਰੀਦੀ ਅਗਰ ਤੁਸੀਂ 6 ਬਾਲ ਕਰੇ, 1-6 ਲਾ ਲੋਗੇ? ਨਹੀਂ ਯਾਰ, ਇਹ ਕ੍ਰਿਕਟ ਤੁਸੀਂ ਬੋਲ ਕੇ ਨਹੀਂ ਖੇਲ ਸਕਦੇ ਯਾਰ, ਇਹ ਕਿਸੇ ਦੀ ਆਪਣੀ ਗੇਮ ਉੱਤੇ ਕੰਫੀਡੈਂਸ ਹੁੰਦਾ? ਨਹੀਂ ਨਹੀਂ ਯਾਰ, ਮੈਂ ਇਸ ਤੇ ਨਹੀਂ ਕਹਿ ਸਕਦਾ, ਇਹ ਤੇ ਗਰਾਊਂਡ ਦੀ ਗੱਲ ਹੈ, ਦਿਨ ਦੀ ਗੱਲ ਹੈ। 2 ਲਾ ਲੇਗਾ ਅਮਰ ਜੀ? ਨਹੀਂ ਯਾਰ, ਦਿਨ ਦੀ ਗੱਲ ਹੈ, ਕੋਈ ਪਤਾ ਨਹੀਂ ਹੁੰਦਾ, ਉਦਾ ਦਿਲ ਹੋਏ ਤਾਂ ਮੈਂ ਇੱਕ ਵੀ ਨਹੀਂ ਕਰ ਸਕਦਾ, ਮੇਰਾ ਦਿਨ ਹੋਇਆ ਤਾਂ ਮੈਂ। ਕ੍ਰਿਕਟਰ ਕਿਹੜਾ ਪਸੰਦ ਹੈ ਤੁਹਾਨੂੰ? ਟੇਬਲ ਆਡ ਬੋਲ, ਟੇਬ ਬਾਲ, ਆਡ ਬਾਲ, ਇੰਟਰਨੈਸ਼ਨਲ, ਨੈਸ਼ਨਲ, ਜਿਹੜਾ ਬਹੁਤ ਦਿਲ ਦੇ ਕਰੀਬ ਹੋਵੇ? ਯਾਰ ਮੈਂ ਕੋਹਲੀ ਦਾ ਫੈਨ ਹਾਂ। ਕੋਹਲੀ ਓਵਰ ਆਲ ਜੋ, ਬਾਕੀ ਪਾਕਿਸਤਾਨੀ ਮੈਂ ਪਹਿਲੇ ਅਫੇਜ਼ੀ ਗੇਮ ਦੇਖੀ ਹੈ, ਸਹੀ ਹੈ, ਓਵਰ ਆਲ ਕੋਹਲੀ, ਵਿਰਾਟ ਕੋਹਲੀ। ਬਾਲਰ ਪਾਕਿਸਤਾਨੀ, ਇੰਡੀਅਨ, ਆਸਟ੍ਰੇਲੀਅਨ, ਇੰਗਲੈਂਡ, ਜਿਹੜਾ ਪਸੰਦ ਹੋਵੇ? ਮੇਰਾ ਫੇਵਰੇਟ ਤਾਂ ਯਾਰ ਜੇਮਸ ਐਂਡਰਸਨ। ਐਂਡਰਸਨ ਕੌਣ ਜੀ? ਐਂਡਰਸਨ। ਐਂਡਰਸਨ ਪਾਕਿਸਤਾਨ ਦਾ? ਪਾਕਿਸਤਾਨੀ ਅਮਰ ਯਾਰ, ਪਾਕਿਸਤਾਨੀ ਮੁਹੰਮਦ ਅਮਰ। ਸ਼ੇਬ ਅਖਤਰ ਨਹੀਂ ਪਸੰਦ? ਸ਼ੇਬ ਅਖਤਰ ਸਾਡੇ ਤੋਂ ਪਹਿਲੇ ਦਿਨ ਨਾ ਮੈਂ ਹੁਣ ਅਵਰਾਲ ਜੀ ਨੇ ਗੇਮ ਦੇਖੀ ਹੈ ਉਹਦੇ ਦਾ ਕਹਿ ਰਿਹਾ। ਸ਼ੇਬ ਅਖਤਰ ਦੇ ਕਲਿੱਪ ਵਗੈਰਾ ਦੇਖਦੇ ਹੋ ਜੀ? ਸ਼ੇਬ ਅਖਤਰ ਦੇ ਕਲਿੱਪ ਵਗੈਰਾ ਦੇਖ? ਬਹੁਤ ਦੇਖੀ ਯਾਰ, ਬਹੁਤ ਦੇਖੀ ਦੇ। ਉਹ ਤੇ ਮਤਲਬ ਇੱਕ ਅਲੱਗ ਚੀਜ਼ ਹੈ ਨਾ, ਉਹ ਤੇ ਦੁਨੀਆ ਤੋਂ ਲੱਗ ਗਿਆ ਯਾਰ, ਉਹਦੇ ਤੇ ਕੰਪੇਅਰ ਹੀ ਨਹੀਂ ਕਿਸੇ ਨਾਲ ਹੋ ਸਕਦੇ, ਤੁਹਾਨੂੰ ਵੀ ਪਤਾ ਹੈ। ਬਿਲਕੁਲ ਠੀਕ। ਤੈਮੂਰ ਭਾਈ, ਉਮਰ ਸਨ ਨਾਲ ਚੰਦ ਕ੍ਰਿਕਟਰਸ ਦੇ ਨਾਂ ਲਾਂਗਾ, ਤੁਸੀਂ ਉਹਨਾਂ ਦੇ 1 ਮਿੰਟ ਦਾ ਕਮੈਂਟ ਕਰਨਾ ਉਹਨਾਂ ਦੀ ਗੇਮ ਉੱਤੇ, ਤੁਹਾਨੂੰ ਉਹਨਾਂ ਦੀ ਗੇਮ ਕੈਸੀ ਲੱਗਦੀ ਹੈ? ਬੜੇ ਮੁਸ਼ਕਲ ਪੋਡਕਾਸਟ ਤੁਹਾਡਾ ਤੇ। 1 ਮਿੰਟ ਦਾ ਉਸ ਕ੍ਰਿਕਟਰ ਦੀ ਗੇਮ ਉੱਤੇ ਕਮੈਂਟ ਕਰਨਾ ਹੈ, ਥੋੜਾ ਦੱਸੀ ਜਾਵਾਂਗਾ ਜਿੰਨਾ ਤੁਹਾਨੂੰ ਪਤਾ ਲੱਗ ਜਾਏ। ਪਹਿਲਾ ਨਾਂ ਸ਼ੁਐਬ ਅਖਤਰ। ਸ਼ੁਐਬ ਅਖਤਰ ਉਹ ਜਿਹਾ ਮਾਵਾ ਕੋਈ ਨਹੀਂ ਜਮਨਾ ਜੋ ਸ਼ੁਐਬ ਅਖਤਰ, ਅਤੇ ਮੇਰੇ ਖਿਆਲ ਨਾਲ ਦੁਬਾਰਾ ਆ ਵੀ ਨਹੀਂ ਸਕਦਾ ਉਹੋ ਜਿਹਾ ਕੋਈ ਵੀ ਬੰਦਾ। ਉਹਦੀ ਦਹਿਸ਼ਤ, ਉਹਦਾ ਰਨ ਅਪ, ਉਹਦਾ ਅਗਰੈਸ਼ਨ ਗਰਾਊਂਡ ਦੇ ਵਿੱਚ, ਉਹਦਾ ਡਰਾਉਣਾ ਦੂਜਿਆਂ ਨੂੰ, ਮੇਰੇ ਖਿਆਲ ਨਾਲ ਨਹੀਂ ਆਏਗਾ ਕੋਈ ਵੀ ਉਹਦੀ ਜਗ੍ਹਾ 'ਤੇ। ਐਜ਼ ਅ ਬੈਟਸਮੈਨ ਤੁਹਾਡੀ ਕੀ ਫੀਲਿੰਗ ਹੈ ਸ਼ੁਐਬ ਅਖਤਰ ਨੂੰ ਲੈ ਕੇ? ਅਗਰ ਤੁਸੀਂ ਖੜੇ ਹੋ ਤਾਂ ਤੁਸੀਂ ਸਾਨੂੰ ਫੇਸ ਕਰੇ, ਮੈਂ ਨਹੀਂ ਸਹਾਇ ਗਿਆ ਸਾਹਮਣੇ, ਉਹ ਤਾਂ ਇਹ ਲੱਗਦਾ ਜਿਵੇਂ ਬੰਦੇ ਨੂੰ ਖਾਣ ਲੱਗਾ। ਅਤੇ ਵੈਸੇ ਤਾਂ ਬੜੇ ਰਿਸਪੈਕਟਡ ਨੇ ਉਹ, ਮੈਂ ਕੋਈ ਅਜਿਹੇ ਲਫਾਜ਼ ਨਹੀਂ ਇਸਤੇਮਾਲ ਕਰਾਂਗਾ, ਲੇਕਿਨ ਮਾਸ਼ਾਅੱਲਾ ਆਊਟ ਕਲਾਸ, ਕਿਆ ਬਾਤ ਹੈ ਉਹਨਾਂ ਦੀ, ਮੈਨੂੰ ਸ਼ੁਕਰ ਹੈ ਕਿ ਮੈਂ ਉਹਨਾਂ ਦਾ ਸਾਹਮਣਾ ਨਹੀਂ ਕੀਤਾ। ਤੁਸੀਂ ਪਾਕਿਸਤਾਨੀ ਟੀਮ ਵਿੱਚ ਕਿਉਂ ਨਹੀਂ ਅਪਲਾਈ ਕੀਤਾ ਜਾਂ ਕਿਸ ਚਾਂਸ ਨਹੀਂ ਬਣਿਆ? ਮੇਰੀ ਇਹ ਪਾਕਿਸਤਾਨੀ ਟੀਮ ਹੈ ਜਿਹੜੀ ਮੈਂ ਖੇਡਣਾ ਪਿਆ ਅਲਹਮਦੁਲਿਲਾ, ਅਤੇ ਮੈਂ ਮੁਤਮੈਨ ਆਪਣੀ ਜ਼ਿੰਦਗੀ ਤੋਂ, ਆਪਣੀ ਲਾਈਫ ਤੋਂ, ਆਪਣੇ ਰਹਿਣ ਸਹਿਣ ਤੋਂ ਅੱਲਾਹ ਦਾ ਬੜਾ ਸ਼ੁਕਰ ਹੈ ਅਲਹਮਦੁਲਿਲਾ। ਕਿ ਇਸ ਤੋਂ ਇਲਾਵਾ ਬੰਦੇ ਨੂੰ ਕੀ ਚਾਹੀਦਾ ਹੁੰਦਾ? ਇੱਕ ਇਨਸਾਨ ਨੂੰ ਫੇਮ, ਪੈਸਾ, ਇਹ ਚੀਜ਼ਾਂ ਮੇਰੇ ਖਿਆਲ ਚਾਹੀਦੀਆਂ ਹੁੰਦੀਆਂ ਰਹਿਣ ਵਾਸਤੇ, ਆਪਣੀ ਜ਼ਿੰਦਗੀ ਗੁਜ਼ਾਰਨ ਵਾਸਤੇ। ਅਤੇ ਅੱਲਾਹ ਪਾਕ ਨੇ ਅਲਹਮਦੁਲਿਲਾ ਬੜਾ ਅੱਛਾ ਦਿੱਤਾ ਹੋਵੇ,
ਉਸ ਮਾਲਕ ਦਾ ਬੜਾ ਕਰਮ। ਮੇਰੀ ਕੋਈ ਖੁਆਇਸ਼ ਨਹੀਂ ਹੈ ਪਾਕਿਸਤਾਨੀ ਟੀਮ ਜਾਣ ਦੀ, ਉਹਨਾਂ ਦੀ ਖੇਡਣ ਦੀ, ਬਸ ਜਿਹੜੇ ਖੇਡਦੇ ਨੇ ਉਹਨਾਂ ਲਈ ਦੁਆ ਨੇ, ਸਪੋਰਟ ਉਹਨਾਂ ਲਈ ਬਸ। ਕਿਹੜਾ ਪਲੇਅਰ ਅੱਛਾ ਲੱਗਦਾ ਇਸ ਟਾਈਮ ਖੇਡਦਾ ਹੋਇਆ ਪਾਕਿਸਤਾਨ ਟੀਮ ਵਿੱਚ? ਪਾਕਿਸਤਾਨ ਜੋ ਸੂਰਤ ਹਾਲ ਹੈ ਫਿਰ ਹਾਲ ਤਾਂ ਕੋਈ ਵੀ ਨਹੀਂ ਅੱਛਾ ਲੱਗਦਾ ਪਿਆ, ਵੈਸੇ ਮੈਨੂੰ ਬਾਬਰ ਆਜ਼ਮ ਅੱਛਾ ਲੱਗਦਾ। ਬਾਬਰ ਆਜ਼ਮ ਕੀ ਚੀਜ਼ ਉਹਦੀ ਅੱਛੀ ਲੱਗਦੀ ਹੈ? ਸਾਨੂੰ ਉਹਦੇ 'ਚ ਕੁਝ ਵੀ ਨਹੀਂ ਅੱਛਾ। ਨਹੀਂ ਨਹੀਂ ਮੈਨੂੰ ਤਾਂ ਬੜਾ ਅੱਛਾ ਲੱਗਦਾ ਜੇ ਉਹਦੀ ਤਕਨੀਕ, ਉਹਦਾ ਖੇਡਣਾ ਆਉਣਾ ਜਾਣਾ। ਵੇਖੋ ਯਾਰੀਆਂ ਅਤੇ ਪਿਆਰ ਮੁਹੱਬਤਾਂ ਜਿਹੜੀਆਂ ਨਾ ਜ਼ਵਾਲ 'ਚ ਨਵਾਈ ਜਾਂਦੀਆਂ ਨੇ। ਜਦੋਂ ਰੋਜ਼ ਹੁੰਦਾ ਉਦੋਂ ਤਾਂ ਸਾਰੀ ਤਾੜੀ ਵਜਾਉਣ ਲੱਗ ਪੈਂਦੇ ਨੇ, ਥੋੜ੍ਹਾ ਬੈਡ ਟਾਈਮ ਉੱਤੇ, ਲੇਕਿਨ ਉਹ ਬਹੁਤ ਗ੍ਰੇਟ ਪਲੇਅਰ ਹੈ। ਇੱਕ ਆਲ ਓਵਰ ਦਾ ਵਰਲਡ ਇੱਕ ਨੰਬਰ ਵਨ ਪਲੇਅਰ ਬਣਨਾ ਕੋਈ ਆਸਾਨ ਕੰਮ ਨਹੀਂ ਹੁੰਦਾ ਵੀ, ਉਹ ਗਲੀ ਮਹੱਲੇ ਦਾ ਪਲੇਅਰ ਤਾਂ ਨਹੀਂ ਹੁੰਦਾ ਵੀ। ਮਸਲਨ ਤੁਸੀਂ ਆਖੋ ਬਈ ਨੰਬਰ ਵਨ ਹੈ, ਉਹ ਆਲ ਓਵਰ ਦਾ ਵਰਲਡ ਦਾ ਨੰਬਰ ਵਨ ਪਲੇਅਰ ਹੈ, ਅਤੇ ਮੇਰੀ ਫੁੱਲ ਸਪੋਰਟ ਉਹਦੇ ਨਾਲ ਉਸ ਬੰਦੇ ਦੇ ਨਾਲ। ਮੈਨੂੰ ਤਾਂ ਬੜਾ ਪਸੰਦ। ਚਲੇ ਅਗਲਾ ਨਾਂ ਆਸਿਫ ਅਲੀ। ਆਸਿਫ ਅਲੀ ਮਾਸ਼ਾਅੱਲਾ ਜੀ ਫਿਨਿਸ਼ਰ, ਤੁਹਾਨੂੰ ਪਤਾ ਵੇ ਹਾਰਡ ਹਿੱਟਰ ਬੈਟਸਮੈਨ ਹੈ, ਲੇਕਿਨ ਥੋੜ੍ਹਾ ਕ੍ਰਿਟੀਸਾਈਜ਼ ਕੀਤਾ ਜਾਂਦਾ, ਤੁਹਾਨੂੰ ਪਤਾ ਹੈ ਸਾਡੀ ਵਾਮ ਇੱਕ ਮੈਚ ਚੁੱਕ ਕਿੱਥੇ ਲੈ ਜਾਂਦੀ ਅਤੇ ਇੱਕ ਮੈਚ ਥੱਲੇ ਲੈ ਆਉਂਦੀ ਹੈ, ਅਤੇ ਮੇਰੀ ਤਾਂ ਸਪੋਰਟ ਹੈ ਉਸ ਬੰਦੇ ਨਾਲ, ਮੇਰਾ ਵੈਸੇ ਵੀ ਉਹਦਾ ਰਿਲੇਸ਼ਨ ਬੜਾ ਅੱਛਾ ਵੇ ਆਸਿਫ ਅਲੀ ਨਾਲ। ਇਹ ਨਹੀਂ ਕਿ ਮੈਂ ਯਾਰੀ ਦੋਸਤ ਨੂੰ ਕਹਿਣ ਡਿਆ, ਲੇਕਿਨ ਉਹ ਬੰਦਾ ਜੋ ਜਦੋਂ ਖਲੋਤਾ ਹੋਇਆ ਨਾ ਵਿਕਟ ਦੇ, ਉਹ ਖੇਡਦਾ ਉਹ ਜਿਹੇ ਛੱਕੇ ਕੋਈ ਨਹੀਂ ਮਾਰਦਾ। ਉਸ ਤਰ੍ਹਾਂ ਦੇ ਵਾਕਈ ਕੋਈ ਛੱਕੇ ਨਹੀਂ, ਕੋਈ ਛੱਕੇ ਨਹੀਂ ਮਾਰਦਾ। ਉਸ ਦਾ ਟੀਮ 'ਚ ਬਾਹਰ ਜਾਣ ਦੇ ਉੱਤੇ ਕੀ ਕਹੋ ਗਿਆ ਜਿਹੜਾ ਪਿਛਲੇ ਵੀ ਇਸ ਵਰਲਡ ਕੱਪ? ਯਾਰ ਮੇਰੇ ਖਿਆਲ ਨਾਲ ਉਸ ਬੰਦੇ ਨੂੰ ਹੋਣਾ ਚਾਹੀਦਾ ਸੀ, ਮਿਡਲ ਆਰਡਰ ਦੇ ਵਿੱਚ ਉਹ ਇਨਸਾਨ ਹੋਣਾ ਚਾਹੀਦਾ ਸੀ। ਜਦੋਂ ਡਰ ਤਾਂ ਹੁੰਦਾ ਨਾ ਜਿਹੜੇ ਬੰਦੇ ਖੇਡਦੇ ਨੇ, ਪਰ ਮੇਰੇ ਖਿਆਲ ਨਾਲ ਕੀ ਕਰਦੇ ਨੇ, ਤੁਸੀਂ ਵੀ ਵਹਿੰਦੇ ਹੋ ਪਏ, ਅਸੀਂ ਵੀ ਵਹਿੰਦੇ ਹਾਂ ਪਏ। ਮੈਂ ਤਾਂ ਹੁਣ ਮੈਚ ਵੇਖਣੀ ਛੱਡ ਛੱਡਿਆ ਵੇ ਕਿ ਅੱਲਾ ਦੇ ਬੰਦੇ ਦੁੱਖ ਹੀ ਦੇਣਾ ਦੋਹਾਂ 'ਤੇ, ਬਸ ਇਹੀ ਗੱਲ ਇੱਕ ਸਮੇਂ। ਖੈਰ ਅਗਲਾ ਨਾਮ ਮੇਰੇ ਕੋਲ ਇਸ ਵਕਤ ਮੌਜੂਦ ਸ਼ਹੀਨ ਸ਼ਾਹ ਅਫਰੀਦੀ। ਆਊਟਸਟੈਂਡਿੰਗ, ਕਿਆ ਬਾਤ ਉਸ ਬੰਦੇ ਦੀ! ਤੁਸੀਂ ਅਗਰ ਉਹਦੇ ਸਾਹਮਣੇ ਹੋ ਤੇ ਉਹ ਬਾਲਿੰਗ ਕਰ ਰਿਹਾ ਹੈ, ਟੇਪ ਬਾਲ 'ਚ ਕਰੇ ਤਾਂ ਫਿਰ ਤਾਂ ਚਲੋ ਕੁਛ ਕਰ ਲਾਂਗੇ ਹੱਲ, ਉਹਦਾ ਹਾਰਡ ਬਾਲ 'ਚ ਨਹੀਂ, ਕਿਉਂਕਿ ਮੈਂ ਟੇਪ ਬਾਲ 'ਚ ਕਿਤਨੇ ਛੱਕੇ ਮਾਰੋਗੇ? ਗੱਲ ਤਾਂ ਉਹੀ ਹੋ ਗਈ ਕਿ ਬੋਲ ਕੇ ਨਹੀਂ, ਚਲੋ ਕੋਈ ਦੋ ਤਰ੍ਹਾਂ ਤਾਂ ਇਨਸ਼ਾਅੱਲਾ ਮਾਰ ਹੀ ਦੇਵਾਂਗੇ ਉਹਨੂੰ। ਕਨਫਰਮ ਹੈ? ਕਨਫਰਮ ਇਨਸ਼ਾਅੱਲਾ, ਉਹਨੂੰ ਕਿਉਂ ਕਰਾ ਲੈਗੇ ਤਾਂ ਦੋ ਤਰ੍ਹਾਂ ਛੱਕੇ ਲੱਗ ਜਾਣਗੇ। ਆਮਰ ਮੇਰਾ ਫੇਵਰੇਟ ਬੋਲਰ ਹੈ ਜੀ, ਆਲ ਓਵਰ ਦਾ ਵਰਲਡ, ਮੈਂ ਉਹਨੂੰ ਬਹੁਤ ਜ਼ਿਆਦਾ ਲਾਈਕ ਕਰਨਾ ਵਾਂ, ਅਤੇ ਫੇਵਰੇਟ ਬੰਦੇ ਨੂੰ ਕੀ ਛੱਕੇ ਮਾਰਨੇ ਨੇ? ਲੱਗ ਜਾਏਗਾ ਹੀ, ਲੱਗ ਜਾਂਦਾ, ਕੋਈ ਚੱਕਰ ਨਹੀਂ, ਨਹੀਂ ਕੋਈ ਮੁਸ਼ਕਲ ਨਹੀਂ ਹੈ। ਦੇਖੋ ਰਿਸਪੈਕਟ, ਇੱਜ਼ਤ ਹੈ ਉਹਦੀ, ਸਾਡਾ ਪ੍ਰਾਊਡ ਹੈ, ਫਖਰ ਹੈ, ਅਤੇ ਸਾਡੀ ਦੁਆਵਾਂ ਵੀ ਉਹਦੇ ਲਈ ਨੇ ਕਿ ਅੱਲਾ ਪਾਕ ਉਹਨੂੰ ਹਰ ਮੈਦਾਨ 'ਚ ਕਾਮਯਾਬ ਕਰੇ, ਬੜਾ ਇੰਜੋਏ ਕਰੀਦਾ ਉਹਨੂੰ ਵੇਖ ਕੇ। ਬਾਕੀ ਛੱਕੇ ਲਗਾਉਣਾ ਕੋਈ ਮੁਸ਼ਕਿਲ ਕੰਮ ਨਹੀਂ, ਛੱਕੇ ਲਾਉਣੇ ਸਾਡਾ ਕੰਮ ਹੈ ਅਲਹਮਦੁਲਿਲਾ। ਹਰ ਮੈਚ ਹੀ ਲੱਗ ਸਕਦੇ ਔਰ ਹਰ ਬਾਲਰ ਨੂੰ ਲੱਗ ਸਕਦੇ। ਦੇਖੋ ਬੈਡ ਡੇ ਵੀ ਹੁੰਦੇ ਨੇ, ਹਰ ਬੋਲਰ ਨੂੰ ਲੱਗਦੇ ਨੇ, ਬੋਲਰ ਆ ਕੇ ਆਖੇ ਨਾ ਕਿ ਮੈਨੂੰ ਛੱਕੇ ਨਹੀਂ ਲੱਗਦੇ ਵੀ, ਅਤੇ ਉਹ ਝੂਠ ਬੋਲਦਾ ਪਿਆ। ਕੋਈ ਬੰਦਾ ਐਸਾ ਨਹੀਂ ਹੈ ਜਿਹੜਾ ਆਖੇ ਕਿ ਮੈਨੂੰ ਛੱਕਾ ਲੱਗ ਹੀ ਨਹੀਂ ਸਕਦਾ ਜਾਂ ਕੋਈ ਮੈਨੂੰ ਮਾਰ ਹੀ ਨਹੀਂ ਸਕਦਾ ਵੀ। ਛੱਕਾ ਲੱਗ ਸਕਦਾ, ਐਨੀ ਟਾਈਮ ਕਿਸੇ ਇਨਸਾਨ ਨੂੰ ਵੀ ਲੱਗ ਸਕਦਾ, ਕਿਸੇ ਮੌਕੇ 'ਤੇ ਵੀ ਲੱਗ ਸਕਦਾ। ਮੈਕਸਵੈਲ, ਮੈਕਸੀਵਲ ਤੁਹਾਨੂੰ ਪਤਾ ਤਾਂ ਹੈ, ਉਹਨੇ ਤਾਂ ਸ਼ਾਟਾਂ ਹੀ ਚੇਂਜ ਕਰਦੀਆਂ, ਫੜ ਕੇ ਜਿਹੜਾ ਉਹ ਸ਼ਾਟ ਖੇਡਦਾ ਵੇ, ਮੈਂ ਹਾਰਡ ਬੋਲ ਨੂੰ ਅਸੀਂ ਟੇਬਲ 'ਚ ਨਹੀਂ ਖੇਡ ਸਕਦੇ ਉਹ ਬੰਦੇ ਉਸ ਤਰ੍ਹਾਂ ਜਿਵੇਂ ਉਹ ਬੰਦਾ ਖੇਡਦਾ ਵੇ। ਉਹਨੇ ਤਾਂ ਮਜ਼ਾਕ ਬਣਾਇਆ ਅਫਗਾਨਿਸਤਾਨ ਆਸਟ੍ਰੇਲੀਆ ਮੈਚ, ਉਹ ਆਊਟਸਟੈਂਡਿੰਗ ਜੀ, ਕਿਆ ਬਾਤ, ਜਿਵੇਂ ਉਹ ਬੰਦੇ ਨੇ ਵਨ ਹੈਂਡਡਲੀ ਚੇਜ਼ ਕੀਤਾ ਵੇ ਜਾਂ ਲੈ ਕੇ ਗਿਆ ਮੈਚ ਨੂੰ, ਮੇਰੇ ਖਿਆਲ ਨਾਲ ਵਰਲਡ 'ਤੇ ਕੋਈ ਬੰਦਾ ਐਵੇਂ ਚੇਜ਼ ਕਰ ਹੀ ਨਹੀਂ ਸਕਦਾ। 200 ਸਕੋਰ, 7 ਵਿਕਟ, ਮੈਂ ਨਾ ਅਨਬਲੀਵੇਬਲ ਭਾਈ ਜਾਨ, ਅਨਬਲੀਵੇਬਲ, ਕਿਆ ਬਾਤ, ਨਹੀਂ ਹੋ ਸਕਦਾ, ਕੋਈ ਬੰਦਾ ਨਹੀਂ ਕਰ ਸਕਦਾ, ਨਹੀਂ ਹੋ ਸਕਦਾ, ਵਨ ਸਾਈਡਡ ਆਊਟਸਟੈਂਡਿੰਗ। ਦੇਖਿਆ ਸੀ ਉਹ ਮੈਚ ਪੂਰਾ? ਮੈਂ ਪੂਰੀ ਨਹੀਂ ਵੇਖੀ ਉਹਦੀ, ਹਜੇ ਕਿ ਮੈਂ ਕਹਿ ਰਿਹਾ ਸਕੋਰ ਨਹੀਂ ਚੇਜ਼ ਹੋਣਾ, ਨਹੀਂ ਹੋਣਾ, ਲੇਕਿਨ ਮੇਰੇ ਦੋਸਤ ਨੇ ਉਮਰ ਭਾਈ USA ਤੋਂ ਮੇਰੇ ਬੜੇ ਕਲੋਜ਼ ਨੇ, ਵੱਡੇ ਭਰਾ ਨੇ, ਉਹਨਾਂ ਆਖਿਆ ਬੰਦਾ ਇਕੱਲਾ ਸਕੋਰ ਕਰਕੇ ਜਾਏਗਾ, ਹਾਲੇ ਜਿਵੇਂ ਉਹ ਇੰਜਰ ਹੋਇਆ, ਜਿਵੇਂ ਇਹਦੀ ਇੰਜਰੀ ਹੋਈ ਹੈ ਰਾਸ਼ਦ ਖਾਨ, ਕੋਈ ਪਾਕਿਸਤਾਨੀ ਪਲੇਅਰ ਹੁੰਦਾ ਤਾਂ ਸ਼ਾਇਦ ਕੈਰੀਅਰ ਬਚਾਉਣ ਵਾਸਤੇ ਬਾਹਰ ਆ ਜਾਂਦਾ, ਲਾਸਟ ਟਾਈਮ ਹੋ ਵੀ ਚੁੱਕਿਆ। ਨਹੀਂ ਵੇਖੋ ਅਸੀਂ ਇਹ ਗੱਲ ਤਾਂ ਨਹੀਂ ਕਰਦੇ, ਲੇਕਿਨ ਪਾਕਿਸਤਾਨ ਕੋਈ ਐਸਾ ਪਲੇਅਰ ਹੀ ਨਹੀਂ ਹੈ ਮੇਰੇ ਖਿਆਲ ਨਾਲ। ਮੈਕਸੀਵਲ ਵਾਂਗੂ ਦਾ ਫਿਨਿਸ਼ਰ ਆ, ਜਿਵੇਂ ਉਹਨੇ ਚੇਂਜ ਕੀਤਾ ਮੈਚ ਨੂੰ, ਮੇਰੇ ਖਿਆਲ ਨਾਲ ਪਾਕਿਸਤਾਨ ਟੀਮ 'ਚ ਪਲੇਅਰ ਨਹੀਂ ਹੈ, ਵਰਲਡ 'ਤੇ ਮੇਰੇ ਖਿਆਲ ਨਾਲ ਜਿਹਦਾ ਪਲੇਅਰ ਨਹੀਂ ਹੋਣਾ ਜਿਵੇਂ ਉਹਨੇ ਚੇਂਜ ਕੀਤਾ। ਇਮਰਾਨ ਖਾਨ ਕੀ ਪੁੱਛਣਾ ਚਾਹੁੰਦੇ ਹੋ? ਕ੍ਰਿਕਟ ਤੁਹਾਨੂੰ ਪਤਾ ਵੀ ਹੈ ਵੀ ਉਹ ਲੇਜੈਂਡ ਨੇ ਜੀ, ਸਾਡਾ ਪ੍ਰਾਊਡ ਨੇ, ਫਖਰ ਨੇ, ਉਹਨਾਂ ਨਾਲ ਲਾਵੇ ਸਾਨੂੰ ਦਿਲੀ। ਬਾਕੀ ਕ੍ਰਿਕਟ ਤਾਂ ਮੈਂ ਉਹਨਾਂ ਦੀ ਨਹੀਂ ਵੇਖੀ ਵੀ, ਕ੍ਰਿਕਟ ਨਹੀਂ ਸੁਣਿਆ ਜੀ, ਮੈਂ ਨਹੀਂ ਵੇਖੀ, ਕਿਉਂਕਿ ਮੈਂ ਚੰਗਾ ਕੋਈ ਬੈਠਾ ਪਿੱਛੇ ਚਲਾ ਜਾਓ ਮੇਰੀ ਵੀ।
ਵੀ ਅੱਜ ਕੱਲ੍ਹ ਕਲਿੱਪ ਮਿਲ ਜਾਂਦੇ ਨਹੀਂ? ਮੈਂ ਨਹੀਂ ਵੇਖੇ, ਬਹੁਤ ਘੱਟ ਵੇਖਿਆ ਉਹਨਾਂ ਦਾ ਰਨ ਵਗੈਰਾ। 92 ਦੇ ਮੈਚ ਵੇਖੇ ਨੇ ਥੋੜ੍ਹੇ ਬਹੁਤ, ਉਹਨਾਂ ਦੀ ਕੈਪਟੈਂਸੀ ਥੋੜ੍ਹੀ ਚੈੱਕ ਕੀਤੀ, ਉਸ ਤੋਂ ਬਾਅਦ ਉਹਨਾਂ ਦਾ ਐਟੀਟਿਊਡ, ਉਹਨਾਂ ਦਾ ਗਰਾਊਂਡ 'ਚ ਚੱਲਣਾ ਫਿਰਨਾ, ਵੈਸੇ ਜਿਵੇਂ ਉਹ ਮਾਸ਼ਾਅੱਲਾ ਖੇਡਦੇ ਸਨ, ਮੇਰੇ ਖਿਆਲ ਨਾਲ ਉਹੋ ਜਿਹਾ ਬੰਦਾ ਨਹੀਂ ਕਵਾ ਸਕਦਾ। ਵਿਰਾਟ ਕੋਹਲੀ ਉਹਦੇ ਤਾਂ ਖਮੋਸ਼ੀ ਹੈ, ਕਿਉਂ ਲਵ ਹੈ ਆਪਣਾ ਅਤੇ ਲਵ ਤਾਂ ਤੁਹਾਨੂੰ ਪਤਾ ਫਿਰ ਕੀ ਚੀਜ਼ ਉਹਦੀ ਪਸੰਦ ਹੈ ਤੁਹਾਨੂੰ? ਜਿਹੜੀ ਉਹਦੀ ਹਰ ਚੀਜ਼ ਪਸੰਦ ਹੈ, ਉਹਦਾ ਰਹਿਣਾ ਚੱਲਣਾ ਫਿਰਨਾ, ਉਹਦਾ ਫਿਟਨੈਸ ਲੈਵਲ, ਉਹਦਾ ਐਟੀਟਿਊਡ, ਉਹਦਾ ਖੇਡਣਾ, ਉਹਦਾ ਕੁਛ ਵੀ ਤੁਸੀਂ ਇੱਕ ਚੀਜ਼ ਕੋਈ ਚੀਜ਼ ਤੁਸੀਂ ਕਹਿ ਹੀ ਨਹੀਂ ਸਕਦੇ ਵੀ ਹਰ ਚੀਜ਼ ਉਹਦਾ ਜਿਵੇਂ ਵੀ ਹੈ ਵੀ ਉਹ ਬੰਦਾ ਚੇਜ਼ਰ ਹੈ, ਮਾਸਟਰ ਹੈ। ਕ੍ਰਿਕਟ ਉੱਥੇ ਖਤਮ ਹੈ ਮੇਰੇ ਖਿਆਲ ਨਾਲ, ਖਤਮ ਹੈ। ਕੋਹਲੀ ਇੱਕੀ ਜਿਵੇਂ ਸ਼ੋਏਬ ਅਖਤਰ ਹੈ ਉਵੇਂ ਕੋਹਲੀ ਇੱਕੀ ਹੈ, ਉਹਦਾ ਕੰਪੈਰੀਜ਼ਨ ਹੈ ਹੀ ਨਹੀਂ ਯਾਰ ਵਰਲਡ 'ਤੇ, ਨਹੀਂ ਹੈ। ਅਸੀਂ ਕਰਨੇ ਆ ਉਹਦੇ ਨਾਲ ਰਲ ਗਿਆ, ਉਹਦੇ ਨਾਲ ਗਿਆ, ਨਾ ਕੋਈ ਬੰਦਾ ਹੀ ਨਹੀਂ ਹੈ ਵਰਲਡ 'ਤੇ। MS ਧੋਨੀ, ਧੋਨੀ ਕਿਆ ਬਾਤ, ਫਿਨਿਸ਼ਰ ਐਂਡ, ਉਹਦੇ ਛਿੱਕੇ ਨਹੀਂ ਕੋਈ ਮਾਰ ਸਕਦਾ ਵੀ, ਉਹੋ ਜਿਹਾ ਫਿਨਿਸ਼ ਕੋਈ ਨਹੀਂ ਕਰ ਸਕਦਾ ਵੀ, ਅਤੇ ਕੂਲ ਮਾਇੰਡਿਡ। ਉਸ ਤੋਂ ਬਾਅਦ ਟੀਮ ਨੂੰ ਲੈ ਕੇ ਚੱਲਣਾ, ਕੈਪਟੈਂਸੀ ਐਂਡ ਸੀ ਉਸ ਬੰਦੇ 'ਤੇ, ਡਿਸੀਜਨ ਲੈਣਾ ਅਤੇ ਸਪੀਡ, ਹਾਂ ਆਊਟਸਟੈਂਡਿੰਗ, ਆਊਟਸਟੈਂਡਿੰਗ। ਸ਼ਾਹਿਦ ਅਫਰੀਦੀ ਕਿਆ ਬਾਤ, ਉਹੋ ਜਿਹਾ ਫੇਮ ਕਿਸੇ ਬੰਦੇ ਨੂੰ ਨਹੀਂ ਮਿਲ ਸਕਦਾ ਵੀ। ਬੂਮ 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 ਲਾਲੇ, ਅਗਰ ਜਦੋਂ ਜਿਵੇਂ ਦਾ ਲਾਲਾ ਹੋਵੇ, ਮੇਰੇ ਖਿਆਲ ਨਾਲ ਲਾਲਾ ਵੀ ਇੱਕ ਹੀ ਹੈ ਦੁਨੀਆ 'ਤੇ, ਜਿਹੜਾ ਉਹਦਾ ਫੇਮ ਹੈ, ਉਹਦਾ ਰਹਿਣਾ ਸਹਿਣਾ ਹੈ, ਜਾਂ ਜੋ ਆਉਂਦਾ ਹੀ ਆਵਾਮ ਦੀ ਮੁਹੱਬਤ ਹੈ ਉਹਦੇ ਲਈ, ਚਾਹੇ ਪਹਿਲੀ ਬਾਲ 'ਤੇ ਆਊਟ ਹੋ ਗਏ ਜੋ ਮਰਜ਼ੀ ਸਾਰ, ਉਹਦੀ ਚੱਲ ਕੇ ਖੇਲਣੀ ਦੁਨੀਆ ਬੈਠੀ ਹੁੰਦੀ ਸੀ ਕਿ ਯਾਰ ਫਰੀਦੀ ਆਇਆ ਬਸ ਚੱਲ ਕੇ ਆਇਆ ਚਲਾ ਜਾਏ, ਉਹੋ ਜਿਹਾ ਬੰਦਾ ਦੁਬਾਰਾ ਨਹੀਂ ਆਉਣਾ ਕੋਈ ਵੀ। ਮੈਂ ਇੰਡੀਅਨ ਸ਼ੋਅ ਦੇਖ ਰਿਹਾ ਸੀ, ਉਹਦੇ 'ਚੋਂ ਕਹਿ ਰਹੇ ਸਨ ਕਿ ਪੂਰੀ ਪਾਕਿਸਤਾਨੀ ਟੀਮ ਦੁਆ ਕਰ ਰਹੀ ਸੀ ਕਿ ਪਹਿਲੇ 6 ਆਊਟ ਹੋਣ, ਫਰੀਦੀ ਆਇਆ ਤੁਸੀਂ ਬੈਟਿੰਗ ਦੇ। ਬਿਲਕੁਲ ਇਹੀ ਹਿਸਾਬ, ਮੈਂ ਹੋ ਜਦੋਂ ਫਸਟ ਟਾਈਮ ਮਿਲਿਆ ਫਰੀਦੀ ਨੂੰ, ਮੇਰਾ ਵੀ ਇਹ ਕਿ ਯਾਰ ਫਟਾਫਟ ਕਦੀ ਮੇਰੀ ਮੁਲਾਕਾਤ ਹੋ ਜਾਣਾ, ਅਤੇ ਬਸ ਹੋਈ ਹੈ ਅੱਜ, ਸਲਾਮ ਹੀ ਮਿਲੀ ਰਹੀ ਹੈ, ਹਾਰਟ ਬੀਟ ਕੀਤੀ ਕਿਸੇ ਨੂੰ ਮਿਲ ਕੇ। ਗੱਲ ਕਰਨਾ ਚਾਹੀਦਾ ਬਾਲ ਵਿੱਚ ਮੈਂ ਕਾਫੀ ਗਰਾਊਂਡ ਦੇਖੇ ਨੇ ਯਾਰ, ਜਿਹਦੇ 'ਚ ਇੱਕ ਮੈਂ ਆਪਣੇ ਕੁਲੀਕਾਂ ਨਾਲ ਆ ਰਿਹਾ ਸੀ ਨਾ, ਤੇ ਮੈਂ ਗੱਡੀ ਕਹਿ ਰਿਹਾ ਸੀ ਟੇਪ ਬਾਲ ਕਾ ਵਿਰਾਟ ਕੋਹਲੀ, ਟੇਪ ਬਾਲ ਕਾ ਮੈਕਸਵੈਲ, ਔਰ ਟੇਪ ਬਾਲ ਕਾ ਸ਼ਾਹਿਦ ਅਫਰੀਦੀ, ਤੈਮੂਰ ਮਿਰਜ਼ਾ। ਅਲਹਮਦੁਲਿਲਾ, ਮਾਲਕ ਦਾ ਕਰਮ ਜੀ, ਸਾਡਾ ਕੋਈ ਕਮਾਲ ਨਹੀਂ ਜਿਹਾ, ਇਹ ਅੱਲਾ ਦੀ ਤਾਂ ਹੁੰਦੀ ਹੈ ਇਹਨਾਂ ਚੀਜ਼ਾਂ ਦੀ, ਕਦੀ ਕੋਈ ਪ੍ਰਾਊਡ ਨਹੀਂ, ਕੋਈ ਗਰੂਰ ਨਹੀਂ, ਤੋਬਾ ਅਸਤਗਫਿਰੁੱਲਾ, ਗਰੂਰ ਕਬਰ ਵਾਲੀ ਜ਼ਾਤ ਮੇਰੇ ਅੱਲਾ ਦੇ ਸੋਨੇ ਦੀ ਹੈ, ਇਨਸਾਨ ਉਹ ਤਾਂ ਜੱਚਦਾ ਹੀ ਨਹੀਂ ਹੈ ਵੀ, ਅਤੇ ਬਾਕੀ ਬੜਾ ਕਰਮ ਹੈ ਮਾਲਕ ਦਾ, ਬੜਾ ਅਲਹਮਦੁਲਿਲਾ। ਮੁਹੰਮਦ ਆਸਿਫ ਕਿਆ ਬਾਤ, ਮਜੀਸ਼ੀਅਨ ਹੈ, ਉਹਦੇ ਨਾਲ ਦਾ ਬੰਦਾ ਵੀ ਨਹੀਂ ਆ ਸਕਦਾ ਭਾਈ ਜਾਨ, ਜੋ ਉਹ ਚੀਜ਼ ਸੀ ਨਾ, ਕਿਆ ਬਾਤ ਹੈ, ਉਹ ਬੰਦਾ ਅਗਰ ਹੁੰਦਾ ਇੱਥੇ ਵੀ, ਉਹਦੀ ਬੋਲਿੰਗ ਆਮਰ ਅਤੇ ਉਹਦੀ ਬੋਲਿੰਗ ਵੇਖਣ ਦੀ ਝੱਸ ਹੁੰਦੀ ਸੀ, ਮੈਂ ਖੁਦ ਬਹਿ ਕੇ ਜਦੋਂ ਮੈਚ ਹੋਣਾ ਹੈ ਉਹਨਾਂ ਨੂੰ ਵਾਚ ਕਰਨਾ ਹੈ, ਵੇਖਣਾ ਹੈ। ਲੇਕਿਨ ਸਾਡੀ ਬਦਕਿਸਮਤੀ ਕਿ ਅਸੀਂ ਸ਼ਾਰਟ ਵੇ ਲੱਭਣੇ ਆ, ਅਤੇ ਉਹ ਸ਼ਾਰਟ, ਹਾਂ ਬਸ ਉਹ ਜਾਂਦੇ ਰਹੇ ਆ, ਸਾਡੇ ਕੋਲ ਜ਼ਾਇਆ ਹੋ ਗਿਆ ਕੁਛ, ਉਹਨਾਂ ਖੁਦ ਵੀ ਕੀਤਾ ਕੁਛ, ਅਸੀਂ ਵੀ ਕਰ ਗਏ। ਪਾਕਿਸਤਾਨ 'ਚ ਅਕਸਰ ਸਿਤਾਰੇ ਜ਼ਾਇਆ ਹੋ ਜਾਂਦੇ, ਬੜੇ ਜ਼ਾਇਆ ਹੋਏ ਜੀ, ਬੜੇ ਜ਼ਾਇਆ ਹੋਏ। ਮੈਂ ਤੁਸਾਂ ਦੋਵਾਂ ਦੇ ਬਾਰੇ 'ਚ ਵੀ ਇਹੀ ਖਿਆਲ ਰੱਖਣਾ, ਵੇਖੋ ਅੱਲਾ ਦਾ ਸ਼ੁਕਰ ਹੈ ਅਸੀਂ ਮੁਤਮੇ ਨਾਲ ਦੋਵੇਂ, ਅੱਲਾ ਤੁਸਾਂ ਬਹੁਤ ਸਾਰੀਆਂ ਇਸਤਾਂ ਦੇ, ਬਿਲਕੁਲ ਇਹਦੇ ਕੋਈ ਸ਼ੱਕ ਨਹੀਂ, ਤੁਸਾਂ ਅੱਲਾ ਬਹੁਤ ਸਾਰੀ, ਅੱਲਾ ਦਾ ਹਰ ਹਾਲ ਸ਼ੁਕਰ ਦਾ, ਲੇਕਿਨ ਜੋ ਤੁਸੀਂ ਰਿਜ਼ਰਵ ਕਰਦੇ ਹੋ ਇਸ ਜਗ੍ਹਾ ਤੇ ਤੁਹਾਨੂੰ ਉਹ ਨਹੀਂ ਮਿਲਿਆ। ਲੇਕਿਨ ਇਹ ਤੁਸੀਂ ਗੱਲ ਕਰੋ, ਇਹ ਬਾਕੀ ਨੌਜਵਾਨਾਂ ਨਾਲ ਜ਼ਿਆਦਤੀ ਹੈ ਜਿਹੜੇ ਇਸ ਵਕਤ ਮਿਹਨਤ ਕਰ ਰਹੇ ਹਨ ਗਰਾਊਂਡਾਂ ਦੇ ਅੰਦਰ। ਮੈਂ ਦੇਖਦਾ ਸਾਂ ਸੁਬਾ ਧੁੰਦ ਦੇ ਅੰਦਰ ਇੱਕ ਬੰਦਾ ਗਰਾਊਂਡ ਦੇ ਅੰਦਰ ਰਨਿੰਗ ਕਰ ਰਿਹਾ, ਪੁਸ਼ਅਪਸ ਲਗਾ ਰਿਹਾ, ਸਰਮਦ ਅਮੀਦ ਉਹਦਾ ਨਾਮ ਹੈ, ਅਸੀਂ ਸਕੂਲ ਜਾ ਰਹੇ ਹੁੰਦੇ ਸੀ ਤੇ ਭਾਈ ਪ੍ਰੈਕਟਿਸ ਕਰ ਰਹੇ ਗਰਾਊਂਡ ਦੇ ਅੰਦਰ, ਤੇ ਡਿਜ਼ਰਵ ਨਹੀਂ ਕਰਦਾ ਉਹ ਬੰਦਾ ਜਿਸ ਨੇ ਇਤਨੀ ਮਿਹਨਤ ਕੀਤੀ ਹੋਵੇ। ਅੱਲਾ ਦੇ ਹਰ ਫੈਸਲੇ 'ਤੇ ਆਮੀਨ ਕਹਿਣਾ ਚਾਹੀਦਾ, ਕਦੀ ਕਿਸੇ ਚੀਜ਼ ਨੂੰ ਠੁਕਰਾਉਣਾ ਨਹੀਂ ਚਾਹੀਦਾ। ਵੇਖੋ ਸਰਮਦ ਵੀਰ ਦਾ ਇਸ ਟਾਈਮ ਜਿਸ ਮੁਕਾਮ 'ਤੇ ਹੈ ਵੇ, ਲੱਖਾਂ ਲੋਕ ਚਾਹੁੰਦੇ ਨੇ ਕਿ ਸਰਮਦ ਵੀਰ ਜਗ੍ਹਾ ਆ ਜਾ, ਇਹ ਵੀ ਤਾਂ ਤੁਸੀਂ ਦੇਖੋ ਨਾ, ਸਰਮਦ ਵੀਰ ਸਾਡੀ ਫੁੱਲ ਸਪੋਰਟ ਹੈ ਇਨਸਾਨ ਨਾਲ, ਜਦੋਂ ਵੀ ਸਾਨੂੰ ਮੌਕਾ ਮਿਲਿਆ, ਵੇਖੋ ਮੇਰੇ ਤੋਂ ਜੂਨੀਅਰ ਹੈ, ਮੈਂ ਥੋੜ੍ਹਾ ਸੀਨੀਅਰ ਹੈ ਤੋਂ ਜ਼ਿਆਦਾ, ਇਹਨੂੰ ਸਪੋਰਟ ਕੀਤਾ, ਇਹਨੂੰ ਆਖਿਆ ਬਸ ਅੱਲਾ ਦਾ ਸ਼ੁਕਰ ਅਦਾ ਕਰ, ਇਨਸ਼ਾਅੱਲਾ ਤਾਲਾ ਉਹ ਵਕਤ ਦੂਰ ਨਹੀਂ ਹੈ ਕਿ ਤੂੰ ਘੱਟ ਜਾਣਾ ਹਰ ਚੀਜ਼ ਨੂੰ, ਬਸ ਅੱਜ ਦੀ ਆਪਣੇ ਅੰਦਰ ਰੱਖਣੀ ਹੈ, ਇਨਸਾਰੀ ਰੱਖਣੀ ਹੈ, ਸਿਰ ਝੁਕਾ ਕੇ ਰੱਖਣਾ, ਇਨਸ਼ਾਅੱਲਾ ਹਰ ਚੀਜ਼ ਨੂੰ ਘੱਟ ਜਾਏਗਾ, ਅਤੇ ਉਹਦਾ ਰਿਜ਼ਲਟ ਹੈ ਯਾਰ,
ਅਲਹਮਦੁਲਿਲਾ ਪਾਕਿਸਤਾਨ ਦਾ ਕੋਈ ਐਸਾ ਇਵੈਂਟ ਨਹੀਂ ਜਿਹੜਾ ਸਰਬੰਧ ਵੀ ਨਹੀਂ ਖੇਡਦਾ, ਕੋਈ ਬੰਦਾ ਐਸਾ ਨਹੀਂ ਹੈ ਜਿਹੜਾ ਸਰਬੰਧ ਵੀ ਨਹੀਂ ਜਾਣਦਾ ਵੀ। ਅੱਲਾਹ ਦੀ ਤਾਂ ਹੈ ਅਲਹਮਦੁਲਿਲਾ, ਅੱਲਾਹ ਪਾਕ ਹੋਰ ਇੱਜ਼ਤਾਂ ਦੇ, ਨਿਸ਼ਾਨਾ ਦੇ, ਸਾਡੀ ਦਿਲੀ ਦੁਆਏ, ਸਾਡੀ ਸਪੋਰਟ ਹੈ, ਚਾਹਤ ਮੁਹੱਬਤ ਹੈ, ਸਾਡੇ ਨਾਲ ਖੇਡੇ ਜਾਂ ਸਾਡੇ ਅਗੇਂਸਟ ਖੇਡੇ, ਸਾਡੇ ਸਾਡੀ ਫੁੱਲ ਸਪੋਰਟ। ਤੇਰੀ ਗੇਮ ਖੜਾਇਆ ਤੈਨੂੰ ਆ ਨਹੀਂ ਰਿਹਾ, ਅੱਲਾਹ ਤਾਲਾ ਸੰਦੋਵਾਂ ਦਾ ਇਸੇ ਤਰ੍ਹਾਂ ਇਤਫਾਕ ਸਲਾਮਤ ਰੱਖੇ। ਔਰ ਅਗਲਾ ਨਾਮ ਮੇਰੇ ਕੋਲ ਵਕਾਰ ਯੂਨਸ। ਵਕਾਰ ਯੂਨਸ ਵੇਖੋ ਮੈਂ ਤੇ ਬਹੁਤ ਘੱਟ ਉਹਨਾਂ ਨੂੰ ਵਾਚ ਕੀਤਾ ਹੋਵੇ, ਸ਼ਾਇਦ ਤੂੰ ਵੇਖਿਆ ਹੋਵੇ ਉਹਨਾਂ ਨੂੰ, ਲੇਕਿਨ ਰਾਨਾ ਭੋਜੀ ਵੇ ਦੌੜਦੇ ਸਨ। ਆਹੋ ਥੋੜਾ ਨਵੇਂ ਬੰਦੇ ਆਏ ਕਿਤੇ ਪੁਰਾਣੇ ਨਹੀਂ ਫਿਰਦੇ। ਡਿਆ ਲੜਕਾ ਹੈ ਅਬਦੁੱਲਾ, ਅਬਦੁੱਲਾ ਸ਼ਫੀਕ, ਅਬਦੁੱਲਾ ਸ਼ਫੀਕ ਯਾਰ ਮਾਸ਼ਾਅੱਲਾ ਯਾਰ ਬਹੁਤ ਟੈਲੈਂਟਡ ਹੈ। ਬਾਕੀ ਪਾਕਿਸਤਾਨ ਹੈ, ਅੱਲਾ ਕਰੇ ਯਾਰ ਉਸਕੀ ਪ੍ਰੋਪਰ ਚਾਂਸ ਮਿਲਦਾ ਰਹੇ, ਇੱਕ ਦੋ ਪਰ ਬੈਡ ਪਰਫਾਰਮੈਂਸ ਤੇ ਉਹਨੂੰ ਬਾਕੀ ਪਲੇਅਰਾਂ ਦਾ ਗਾਇਬ ਨਾ ਕਰ ਦੇਣ, ਬਾਕੀ ਉਹਦੇ ਟੈਲੈਂਟ 'ਚ ਕੋਈ ਸ਼ੱਕ ਨਹੀਂ ਆ ਮਾਸ਼ਾਅੱਲਾ। ਇੱਕ ਸਾਡੇ ਕੋਲ ਪਹਿਲਵਾਨ ਕ੍ਰਿਕਟ ਦੇ ਅੰਦਰ ਵਿਕਟ ਕੀਪਰ ਵੀ ਖੜੇ ਰਹੇ ਪਿਛਲੇ ਦਿਨਾਂ 'ਚ, ਉਹਨਾਂ ਦਾ ਨਾਮ ਮੇਰੇ ਜ਼ਹਿਨ 'ਚ ਨਹੀਂ ਆ ਰਿਹਾ, ਆਜ਼ਮ ਖਾਨ ਸਾਹਿਬ, ਉਹਨਾਂ ਦਾ ਜਵਾਬ ਤਾਂ ਮੈਨੂੰ ਲੱਗਦਾ ਇਗਨੋਰ ਕੀਤਾ ਤੁਸੀਂ ਹੁਣ ਦੇਣਾ, ਤੁਸੀਂ ਬੋਲਣਾ ਕੀ ਜਵਾਬ ਦਵਾ ਮੈਂ? ਵੇਖੋ ਯਾਰ ਉਹ ਬੰਦਾ ਤੁਹਾਨੂੰ ਪਤਾ ਹਾਰਡ ਹਿੱਟਰ ਇਨਸਾਨ ਹੈ, ਲੇਕਿਨ ਮੈਂ ਕੀ ਦੱਸਾਂ ਉਹਨਾਂ ਦੇ ਬਾਰੇ, ਉਹਨਾਂ ਦੀ ਫਿਟਨੈਸ ਤੇ ਬੜੇ ਸਵਾਲ ਨੇ, ਬਾਕੀ ਸਕਿੱਲਸ ਹੈ ਨੇ ਉਸ ਇਨਸਾਨ ਕੋਲ, ਸਕਿੱਲਸ ਹੈ ਨੇ ਲੇਕਿਨ ਉਹਦੀ ਫਿਟਨੈਸ ਤੇ ਸਵਾਲ ਨੇ ਕਾਫੀ, ਤੇ ਕੀ ਬੋਲਿਆ ਜਾਏ ਹੁਣ ਉਹ ਬੰਦਾ ਨਹੀਂ ਥੱਲੇ ਆ ਸਕਦਾ, ਨਾ ਉਸ ਤੋਂ ਘੁੱਟ ਸਕਦਾ, ਬੜੀ ਮਿਹਨਤ ਤੇ ਕਰਦਾ ਵੇ ਉਹ, ਲੇਕਿਨ ਸਪੋਰਟ ਹੀ ਉਹਦਾ ਬੈਕਅਪ ਹੈ, ਬੈਕਅਪ ਵਾਲਦ ਉਹਦਾ ਬੈਕਅਪ, ਚਲੋ ਜੋ ਵੀ ਹੈ ਲੇਕਿਨ ਉਹਦਾ ਬੈਕਅਪ ਹੈ ਜਿਹੜਾ ਉਹਨੂੰ ਖਿਡਾਈ ਜਾ ਰਿਹਾ ਮੇਰੇ ਖਿਆਲ ਨਾਲ, ਬਾਕੀ ਉਹ ਉਸ ਤੋਂ ਮੇਰੇ ਖਿਆਲ ਨਾਲ ਬੜੇ ਬੜੇ ਅੱਛੇ ਪਲੇਅਰ ਨੇ ਪਾਕਿਸਤਾਨ ਦੇ ਵਿੱਚ ਮੌਜੂਦ ਜਿਹੜੇ ਆਉਣੇ ਚਾਹੀਦੇ ਨੇ, ਖੇਡਣੇ ਚਾਹੀਦੇ ਨੇ, ਬਾਕੀ ਉਹਦੀ ਇਲਾਕੇ ਜੀ ਉਹਦੀ ਉਹਦਾ ਬੈਕਅਪ ਅੱਛਾ ਵੇ। ਚਾਚਾ ਇਫਤਖਾਰ ਕੀ ਦੱਸਾਂ ਉਹਨਾਂ ਦੇ ਬਾਰੇ, ਕੈਸੀ ਲੱਗਦੀ ਹੈ ਗੇਮ ਉਹਨਾਂ ਦੀ, ਉਹ ਕੈਸੇ ਲੱਗਦੇ ਨੇ ਉਹਨਾਂ ਦੇ, ਲੱਗਦੇ ਨੇ ਪਿਛਲੇ ਦਿਨਾਂ ਕਿਹਾ ਇੰਡੀਆ ਦੇ ਗਰਾਊਂਡਾਂ ਤੋਂ ਬਹੁਤ ਵਾਕਫ ਆ, ਤੱਕੇ ਚੱਕੇ ਮੇਰੇ, ਮੈਂ ਤਾਂ ਮੇਰੀ ਕਿਵੇਂ ਨਹੀਂ ਦੇਖਿਆ ਨਾਲ, ਉਹ ਇੱਥੇ ਹੀ ਮਾਰ ਜਾਂਦੇ ਨੇ ਕਿਧਰੇ ਆਪਸ ਦੇ ਵਿੱਚ ਹੀ, ਜਦੋਂ ਜ਼ਰੂਰਤ ਉਹਨਾਂ ਦੀ ਪੈਂਦੀ ਉਹ ਪਤਾ ਨਹੀਂ ਕਿਵੇਂ ਖੇਡ ਜਾਂਦੇ ਨੇ, ਜਾਂ ਪ੍ਰੈਸ਼ਰ ਉਹਨਾਂ ਕੋਲ ਹੈਂਡਲ ਨਹੀਂ ਹੁੰਦਾ ਵੀ, ਮੇਰੇ ਖਿਆਲ ਨਾਲ ਉਹਨਾਂ ਨੂੰ ਟੇਬਲ ਖੜਾਉਣੀ ਚਾਹੀਦੀ ਕਿ ਪ੍ਰੈਸ਼ਰ ਪਰ ਹੈਂਡਲ ਕਰੋ ਅਤੇ ਕਿਵੇਂ ਖੇਡਦੇ ਪਏ ਗਰਾਊਂਡ ਦੇ ਵਿੱਚ, ਤੁਸੀਂ ਇਲਾ ਦੇ ਬੰਦੇ ਹੋ, ਸਾਡੀ ਇੰਨੀ ਤੁਕਾਤ ਹੁੰਦੀਆਂ ਤੁਹਾਡੇ ਤੋਂ, ਜਦੋਂ ਤੁਹਾਡੇ 'ਤੇ ਪੈਂਦਾ ਤੁਸੀਂ ਐਂਡ ਕਰ ਜਾਂਦੇ ਹੋ, ਦਿਲ ਸਾਡੇ ਉਹਨਾਂ ਨੂੰ ਵੇਖ ਕੇ, ਬਾਕੀ ਸਾਡੀ ਸਪੋਰਟ ਚਾਹਤ ਤਾਂ ਹੈ ਵੇ, ਸਾਡੇ ਸਟਾਰ ਨੇ, ਆਹੋ ਸਾਡੀ ਸਪੋਰਟ ਤਾਂ ਹੁੰਦੀ ਹੈ, ਮਿਹਰਬਾਨੀ ਕੋਈ ਕੰਮ ਚੁੱਕ ਛੱਡੋ ਕਿ ਅਸੀਂ ਆ ਕੇ ਤੁਹਾਨੂੰ ਜੱਫੀ ਪਾਈਏ, ਆ ਕੇ ਜੱਫੀ ਪਾਈਏ, ਇਸ ਤਰ੍ਹਾਂ ਜੱਫੀ ਨਹੀਂ ਬਣ ਸਕਦੀ, ਨਹੀਂ ਇਸ ਤਰ੍ਹਾਂ ਮੇਰਾ ਤਾਂ ਦਿਲ ਨਹੀਂ ਕਰਦੀ। ਸ਼ੁਐਬ ਮਲਿਕ ਕੀ ਬਾ, ਵੱਡੇ ਪੇ ਦਾ ਨਾਮ ਮਿਲਿਆ ਅਜੇ ਨਹੀਂ, ਮਾਇਆ ਮਾਵਾ ਜੰਮਣੀ ਸ਼ੁਐਬ ਮਲਿਕ ਦੀ ਜਗ੍ਹਾ ਵੀ, ਕੋਈ ਨਹੀਂ ਆ, ਮੈਂ ਬਹੁਤ ਉਹਨਾਂ ਨੂੰ ਲਾਈਕ ਕਰਨਾ ਵਾ, ਉਹਨਾਂ ਦਾ ਫਿਟਨੈਸ ਲੈਵਲ ਮੇਰੇ ਖਿਆਲ ਨਾਲ ਜਿਹੜਾ ਇਸ ਟਾਈਮ ਹੀ ਹੈ ਵੇ, ਉਹ ਵਰਲਡ ਦੇ ਬੈਸਟ ਹੈ, ਸਾਡੇ ਟੀਮ ਦੇ ਹਿਸਾਬ ਨਾਲ ਹੀ ਬੈਸਟ ਹੈ, ਅਤੇ ਬਾਕੀ ਉਹਨਾਂ ਦੀ ਰਨਜ਼ਾਂ, ਉਹਨਾਂ ਦੇ ਜੋ ਉਹਨਾਂ ਕੀਤਾ ਪਾਕਿਸਤਾਨ ਲਈ, ਬਹੁਤ ਮਜ਼ਾ ਆਉਂਦਾ ਉਹਨਾਂ ਨੂੰ ਵੇਖ ਕੇ, ਉਹ ਵੀ ਇੱਕ ਬੜੀ ਗ੍ਰੇਟ ਪਰਸਨੈਲਿਟੀ ਨੇ ਪਾਕਿਸਤਾਨ ਦੀ, ਮੈਂ ਤਾਂ ਫੁੱਲ ਸਪੋਰਟਰ ਹਾਂ ਉਹਨਾਂ ਦਾ ਜੀ। ਅੱਜ ਤੁਸੀਂ ਸੁਬਹ ਮਰੀ ਸੀ? ਬਿਲਕੁਲ, ਤੁਸੀਂ ਹੁਣ ਸੁਹਾਵਾ ਜੇਲਮ ਦੇ ਅੰਦਰ ਹੋ, ਬਿਲਕੁਲ, ਅਤੇ ਉਹਨਾਂ ਕੋਲ ਮੈਚ ਤੁਸੀਂ ਜਿੱਤ ਗਏ ਹੋ ਸਕਦਾ, ਸੁਬਹ ਤੱਕ ਤੁਸੀਂ ਫਾਈਨਲ ਤੱਕ ਜਾਓ ਅਤੇ ਇੱਥੇ ਤੁਸੀਂ ਰੁਕੋ, ਜ਼ਿੰਦਗੀ ਇਸੇ ਤਰ੍ਹਾਂ ਹੀ ਹੈ, ਰੁਕਣਾ ਨਹੀਂ, ਸੁਬਹ 11 ਵਜੇ ਮੈਚ ਸਾਹੀਵਾਲ, ਉੱਥੇ ਪਹੁੰਚਣਾ। ਸ਼ਾਦੀ ਹੋ ਚੁੱਕੀ ਹੈ? ਸ਼ਾਦੀ ਅਲਹਮਦੁਲਿਲਾ 7-8 ਸਾਲ ਹੋ ਚੱਲੇ। ਕਿਸ ਤਰ੍ਹਾਂ ਮੈਨੇਜ ਹੁੰਦਾ ਹੈ, ਕੋਈ ਡਰ ਸ਼ਰ ਨਹੀਂ ਲੱਗਦਾ ਤੁਹਾਨੂੰ? ਨਹੀਂ ਮੈਂ ਆਉਂਦੇ ਨਹੀਂ ਕਿ ਮੈਂ ਡਰਦਾ ਨਹੀਂ, ਮੈਂ ਰਿਸਪੈਕਟ ਕਰਦਾ। ਕਰਮਾ ਬਾਈ ਤੁਹਾਡੀ ਵੀ ਸ਼ਾਦੀ ਹੋਈ ਹੈ ਹੁਣ ਅਨਕਰੀਬ, ਪਿੱਛੇ ਜੇ ਨਿਕਾਹ ਹੋਇਆ, ਨਿਕਾਹ ਹੋਇਆ ਜੇ ਸ਼ਾਦੀ ਨਹੀਂ ਹੋਈ, ਕਬਜ਼ਾ ਨਹੀਂ ਮਿਲਿਆ, ਤੁਸੀਂ ਵੀ ਰਿਸਪੈਕਟ ਕਰਦੇ ਹੋ, ਤੁਸੀਂ ਵੀ ਰਿਸਪੈਕਟ ਕਰਦੇ ਹੋ? ਰਿਸਪੈਕਟ ਕਰਨ ਵਾਲੀ ਅਸੀਂ ਲੋਕ ਜਿਹੜੇ ਨਾ, ਅਸੀਂ ਸਾਡਾ ਉਸ ਮਾਸ਼ੇ 'ਚ ਰਹਿੰਦੇ ਹਾਂ ਕਿ ਅਸੀਂ ਆਉਂਦੇ ਕਿ ਨਹੀਂ ਜੀ ਨਹੀਂ ਦਬਾ ਕੇ ਰੱਖੋ ਇੰਜ ਇੰਜ, ਮੇਰੇ ਖਿਆਲ ਨਾਲ ਰੋਜ਼ਾਦ ਜਿਹੜੀ ਉਹਦੀ ਰਿਸਪੈਕਟ ਹੀ ਬਣਦੀ ਹੈ, ਉਹਨਾਂ ਨਾਲ ਮੁਹੱਬਤ ਹੀ ਮਿਲਦੀ, ਚਾਹਤ ਹੀ ਬਣਦੀ ਹੈ, ਅਤੇ
ਮੈਂ ਦੂਜਿਆਂ ਲੋਕਾਂ ਨੂੰ ਵੀ ਇਹੀ ਕਹਾਂਗਾ ਕਿ ਯਾਰ ਤੁਹਾਡੀ ਮਿਹਰਬਾਨੀ, ਅਗਰ ਕੋਈ ਵਾਧਾ ਘਾਟਾ ਹੋ ਵੀ ਜਾਂਦਾ ਲਾਈਫ ਵਿੱਚ, ਉਹਨੂੰ ਕੰਪਰੋਮਾਈਜ਼ ਕਰਨਾ ਚਾਹੀਦਾ ਲਾਈਫ ਵਿੱਚ। ਤੁਸੀਂ ਨਹੀਂ ਘਰ ਨਹੀਂ ਜਾਣਾ ਵੀ, ਮੈਂ ਵੇਖੋ ਇੱਕ ਦਿਲੋਂ ਮੇਰੀ ਨਿਕਲਦੀ ਪਈ ਕਿ ਮੇਰੇ ਖਿਆਲ ਅਤੇ ਨਾਲ ਦੇ ਵਰਲਡ ਦੇ ਸਭ ਨਾਲੋਂ ਜਿਹੜੀ ਨਰਮ ਚੀਜ਼ ਹੈ ਇੱਕ ਔਰਤ ਹੀ ਹੈ ਮੇਰੇ ਖਿਆਲ ਨਾਲ, ਜਿਹਨੂੰ ਸਪੋਰਟ ਕਰਨਾ ਚਾਹੀਦਾ ਵੇ, ਜਿਵੇਂ ਮਰਜ਼ੀ ਢਾਲ ਲਵੋ ਉਹਨੂੰ। ਅਤੇ ਵੇਖੋ ਤੁਹਾਡੇ ਖਾਨਦਾਨ ਨੂੰ ਲੈ ਕੇ ਚੱਲਦੀ, ਤੁਹਾਡੀ ਨਸਲ ਨੂੰ ਲੈ ਕੇ ਚੱਲਦੀ ਉਹ। ਅਸੀਂ ਤਾਂ ਵੇਖੋ ਬਾਲ ਰੋਂਦਾ ਪਿਆ ਤਾਂ ਉੱਠ ਕੇ ਭਾਈ ਦੂਜੇ ਕਮਰੇ ਲੈ ਆਇਆ ਇਹਨੂੰ, ਅਤੇ ਜਿੰਨਾ ਉਹਨਾਂ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਛੇ ਛੇ ਆਪਣੇ ਵਾਲਦਿਆਂ ਨੂੰ ਵੇਖ ਲਵੋ, ਜਿਵੇਂ ਸਾਨੂੰ ਉਹਨਾਂ ਪਾਲਿਆ ਵੇ ਸਪੋਰਟ ਦੇ ਨਾਲ, ਸਾਨੂੰ ਅੱਗੇ ਲੈ ਕੇ ਆਏ ਨੇ। ਅਤੇ ਇਹ ਤਾਂ ਜਦੋਂ ਆਪਣੀ ਲਾਦ ਹੁੰਦੀ ਉਹਦੇ ਬੰਦੇ ਨੂੰ ਫਿਰ ਫੀਲ ਹੁੰਦਾ ਨਾ ਚੀਜ਼ਾਂ। ਅਤੇ ਸਲੂਟ ਹੈ ਔਰਤ ਜ਼ਾਤ, ਔਰਤ ਜ਼ਾਤ ਸਲੂਟ ਹੋ ਗਿਆ। ਮੇਰਾ ਸਵਾਲ ਉੱਥੇ ਹੀ ਅਜੇ ਬਾਕੀ ਹੈ ਕਿ ਜਿਸ ਟਾਈਮ ਤੁਸੀਂ ਆਉਣਾ, ਤੂੰ ਸਾਹੀਵਾਲ ਚਲਾ ਜਾਣਾ, ਸਾਹੀਵਾਲ ਤੋਂ ਵੀ ਅੱਗੇ ਤੁਸਾਂ ਦਾ ਕੋਈ ਨਾ ਕੋਈ ਪਲਾਨ ਹੋਏਗਾ? ਬਿਲਕੁਲ। ਘਰ ਕਦ ਜਾਂਦੇ ਹੋ, ਉਹ ਕੁਝ ਕਹਿੰਦੇ ਨਹੀਂ? ਬੜੀਆਂ ਗੱਲਾਂ ਹੁੰਦੀਆਂ ਨੇ, ਲੇਕਿਨ ਕੰਪਰੋਮਾਈਜ਼ ਮਿੰਨ ਤੜਲੇ ਨਾਲ ਕੰਮ ਚੱਲ ਜਾਂਦਾ। ਯਾਦ ਹੀ ਹੋ ਗਏ ਨੂੰ 9-8 ਸਾਲ ਤੋਂ, ਇਹਨਾਂ ਨੂੰ ਪਤਾ ਕਿ ਜੋਬ, ਇਹਨਾਂ ਨੂੰ ਸਮਝਾਇਆ ਕਿ ਵੇਖੋ ਸਾਡੀ ਜੋਬ ਹੈ, ਹੋਰ 2-4 ਸਾਲ ਨੇ, ਜਿੰਨੀ ਦੇਰ ਹੈ ਵੇ ਜਾਣ ਸਾਹ ਹੈ ਜਿਸ ਸਮੇਂ ਵਿੱਚ, ਵੇਖੋ ਤੁਹਾਡੇ ਨਾਲ ਹੀ, ਤੁਹਾਡੇ ਲਈ ਕਰਨੇ ਆ ਪਏ, ਆਪਣੇ ਬੱਚਿਆਂ ਲਈ ਕਰਨੇ ਆ ਪਏ, ਆਪਣੀ ਫੈਮਿਲੀ ਲਈ ਕਰਨੇ ਆ ਪਏ, ਤੁਹਾਡੇ ਲਈ ਸਭ ਕੁਛ, ਉਹ ਵੀ ਚਲੋ ਸਮਝਦੇ ਨੇ, ਲੇਕਿਨ ਜਿੱਥੇ ਜ਼ਰੂਰਤ ਹੁੰਦੀ ਉਹਨਾਂ ਨੂੰ ਉੱਥੇ ਹਰ ਚੀਜ਼ ਛੱਡ ਕੇ ਪਹੁੰਚੀਦਾ ਦੀ ਹੈ, ਅਲਹਮਦੁਲਿਲਾ। ਉਹਨਾਂ ਨੂੰ ਸਪੋਰਟ ਕਰੀ ਦੀ ਹੈ, ਇੱਕ ਅੱਛੀ ਲਾਈਫ ਦੇਣ ਦੀ ਕੋਸ਼ਿਸ਼ ਕਰਨੇ ਆ ਪਏ, ਬਾਕੀ ਤਾਂ ਉਹਨਾਂ ਨਸੀਬ ਨੇ। ਤੁਸੀਂ ਵਾਂਡੋ ਤੋਂ ਸ਼ਿਫਟ ਕਿਉਂ ਨਹੀਂ ਹੋਏ? ਜਿਲ੍ਹਾ ਪੈਸੇ ਵੀ ਐਨ ਬਾਹਰ ਕਿਸੇ ਸੁਸਾਇਟੀ ਕਾਰਡ ਲੈਣ ਦੀ ਹੈਸੀਅਤ ਵੀ ਰੱਖਦੇ ਹੋ? ਅੱਲਾ ਜਨਾ ਨਸੀਬ ਕਰੇ ਮੇਰੇ ਬੂਰਾਂ ਨੂੰ, ਆਮੀਨ। ਇੱਕ ਦੋ ਦਫ਼ਾ ਹੋਈ ਗੱਲਬਾਤ ਸਾਡੀ ਕਿ ਸਾਨੂੰ ਸ਼ਿਫਟ ਹੋ ਜਾਣਾ ਚਾਹੀਦਾ, ਛੱਡ ਜਾਣਾ ਚਾਹੀਦਾ ਪਿੰਡ, ਲੇਕਿਨ ਉਹਨਾਂ ਆਖਿਆ ਪੁੱਤਰ ਹੀ ਜਦੋਂ ਟੁੱਟ ਜਾਂਗੇ ਫਿਰ ਛੱਡ ਜਾਈ ਪਿੰਡ। ਅਤੇ ਮੈਂ ਆਖਿਆ ਜੀ ਜ਼ਿੰਦਗੀ ਹੁਣ ਇੱਥੇ ਹੀ ਗੁਜ਼ਰਨੀ ਹੈ, ਇਨਸ਼ਾ ਅੱਲਾ ਤਾਲਾ, ਵਾਂਡੋ ਨਹੀਂ ਛੱਡਣਾ ਵੀ, ਅਤੇ ਲਿਹਾਜ਼ਾ ਵਾਂਡੋ ਨਹੀਂ ਛੱਡਣਾ, ਵਾਂਡੋ ਨਹੀਂ ਛੱਡਣਾ, ਇਹ ਛੱਡਣ ਹੋਰ ਹੀ ਰਹਿਣਾ ਵੀ, ਉੱਥੇ ਹੀ ਹੈ, ਉੱਥੇ ਹੀ ਰਹਿਣਾ, ਜੋ ਵੀ ਹੈ ਵਾਂਡੋ ਹੀ ਆ। ਤੁਸੀਂ ਹੁਣ ਇੱਕ ਗੱਲ ਕੀਤੀ, ਉਹਦਾ ਤੋਂ ਮੇਰਾ ਸਵਾਲ ਬਣਿਆ ਕਿ ਤੁਸੀਂ ਕਹਿ ਰਹੇ ਤੁਸਾਂ ਕੋਲ 3-4 ਸਾਲ 5 ਸਾਲ ਮਜ਼ੀਦ ਖੇਡਣ ਦੇ, ਸਰਮਤ ਭਾਈ ਥੋੜ੍ਹੇ ਯੰਗ ਨਹੀਂ ਨਾ ਕੋ ਥੋੜ੍ਹੇ ਜ਼ਿਆਦਾ, ਉਸ ਤੋਂ ਬਾਅਦ ਤੁਸਾਂ ਦੇ ਕੀ ਪਲਾਨ ਆਪਣਾ ਜ਼ਿੰਦਗੀ 'ਚ ਕੀ ਕਰਨਾ? ਇਹ ਫੈਸਲੇ ਤਾਂ ਮੇਰੇ ਅੱਲਾ ਕੋਲ ਨੇ। ਕੁਝ ਆਪਣੇ ਲਈ ਇਨਸਾਨ ਸੋਚਦਾ ਤਾਂ ਹੈ ਨਾ, ਕੋਈ ਫਿਜ਼ੀਕਲ ਬਿਜ਼ਨਸ ਕਰ ਰਹੇ ਹੋ ਤੁਸੀਂ? ਅੱਲਾ ਸ਼ੁਕਰ ਹੈ, ਮੈਂ ਮੇਰੇ ਦੋਸਤ ਨੇ ਉਮਰ ਭਾਈ ਨੇ, ਭਰਾ ਵਾਂਗੂ ਨੇ ਮੇਰੇ ਫੈਸਲ ਭਾਈ ਨੇ, ਉਸ ਤੋਂ ਇਲਾਵਾ ਹੋਰ ਵੀ ਮੇਰੇ ਕਾਫੀ ਦੋਸਤ ਨੇ, ਕਾਸ਼ਵ ਭਾਈ ਨੇ, ਬੜੀ ਸਪੋਰਟ ਕਰਦੇ ਨੇ, ਵੱਡੇ ਭਰਾ ਵਾਂਗੂ ਕਰਦੇ ਨੇ। ਅਸਾਂ ਹੁਣ ਆਪਣਾ ਸਟਾਰਟ ਕੀਤਾ ਬੈਟ ਦਾ, ਜਿਹੜਾ ਉਹ ਸਾਡੀ ਇਨਵੈਸਟਮੈਂਟ ਵਗੈਰਾ ਸਭ ਕੁਛ ਕਰ ਰਹੇ ਨੇ, ਅਤੇ ਇਨਸ਼ਾ ਅੱਲਾ ਫਿਊਚਰ ਪਲਾਨ ਵੀ ਇਹੀ ਕਿ ਸਪੋਰਟਸ ਦੇ ਵਿੱਚ ਹੀ ਆਪਣਾ ਅੱਗੇ ਜਾਈਏ, ਇਹਨੂੰ ਹੀ ਵਧਾਈਏ ਆਪਣੇ ਕੰਮ ਨੂੰ, ਇਨਸ਼ਾ ਅੱਲਾ ਜਿੰਨਾ ਹੋ ਸਕਦਾ ਵੇ ਇਹਨੂੰ ਹੀ ਅੱਗੇ ਲੈ ਕੇ ਜਾਈਏ, ਅਤੇ ਇਨਸ਼ਾ ਅੱਲਾ ਫਿਊਚਰ ਪਲਾਨ ਇਹੀ ਹੈ ਕਿ ਸਪੋਰਟਸ ਦੇ ਵਿੱਚ ਇਨਸ਼ਾ ਅੱਲਾ ਜਾਣਾ, ਕਿਉਂਕਿ ਆਪਣਾ ਤੁਹਾਨੂੰ ਪਤਾ ਕਿ ਲਿੰਕਸ ਵਗੈਰਾ ਵੀ ਇਹੀ ਨੇ, ਲਾਈਫ ਵੀ ਇਹੀ ਹੈ, ਅਤੇ ਕਿਉਂ ਨਾ ਇਹਨੂੰ ਹੀ ਅੱਗੇ ਲੈ ਕੇ ਤੁਰਿਆ ਜਾਏ ਵੀ, ਅਤੇ ਬਾਕੀ ਸਾਡੀ ਸਪੋਰਟ ਹੈ ਇਨਸ਼ਾ ਅੱਲਾ ਇਹਨਾਂ ਨਾਲ ਪਲੇਅਰਾਂ ਨਾਲ ਹੋਏਗੀ, ਜਦੋਂ ਅਸੀਂ ਛੱਡ ਜਾਵਾਂਗੇ ਇਹਨਾਂ ਨਾਲ ਮਿੰਤਰ ਲਾ ਕਰਾਂਗੇ ਕਿ ਭਾਈ ਸਾਡੇ ਨਾਲ ਖੇਡੋ ਤੁਸੀਂ। ਇਹੀ ਪਲਾਨ ਹੈ ਸੇਮ ਐਜ਼ ਇਟ ਇਜ਼ ਸਪੋਰਟਸ ਵਿੱਚ, ਜਾਂ ਕੋਈ ਹੋਰ ਚੇਂਜ ਰੱਖਦੇ ਹੋ ਤੁਸੀਂ? ਤੁਹਾਨੂੰ ਪਤਾ ਹੀ ਸਾਡੀ ਫੀਲਡ ਜਿਹੜੀ ਸਪੋਰਟਸ ਹੀ ਕਿ ਫਿਜ਼ੀਕਲ ਬਿਜ਼ਨਸ ਵੀ ਇਹੀ ਕੋਈ ਲੈਕ ਆ। ਕ੍ਰਿਕਟ ਤੋਂ ਇਲਾਵਾ ਵੀ ਤੁਸੀਂ ਕੋਈ ਦੋਏ ਗੇਮ ਦੇਖਦੇ ਹੋ? ਕ੍ਰਿਕਟ ਤੋਂ ਇਲਾਵਾ ਪਾਕਿਸਤਾਨ ਕਬੱਡੀ, ਕਬੱਡੀ ਬੜਾ ਮੈਂ ਲਾਈਕ ਕਰਨਾ ਵਾ। ਮਲਕ ਬਿਨ ਯਮੀਨ ਦੇ ਬਾਰੇ ਕੀ ਦੱਸਦੇ ਹੋ? ਉਹਦੇ ਬਾਰੇ ਕਿਆ ਬਾਤ ਹੈ ਜੀ, ਮਾਸ਼ਾਅੱਲਾ ਉਸ ਬੰਦੇ ਦੀ ਮੈਂ ਅਕਸਰ ਕਲਿਪਸ ਵਗੈਰਾ ਵੇਖਦਾ ਹੁੰਦਾ ਵਾਂ, ਵੈਸੇ ਲਾਈਵ 'ਤੇ ਮੈਂ ਉਸ ਇਨਸਾਨ ਨੂੰ ਕਦੇ ਨਹੀਂ ਵੇਖਿਆ, ਲੇਕਿਨ ਮੈਂ ਦਿਲ ਕਰਦਾ ਕਿ ਉਹਨੂੰ ਮਿਲਾਂ, ਜਿਵੇਂ ਉਹ ਬੰਦਾ ਖੇਡਦਾ ਵੇ, ਜਿਵੇਂ ਦੀ ਉਹਦੀ ਐਕਸਰਸਾਈਜ਼ ਵਗੈਰਾ ਨੇ, ਜਿਵੇਂ ਦੀ ਉਹਦੀ ਐਕਟੀਵਿਟੀਜ਼ ਨੇ, ਅਤੇ ਦਿਲ 'ਤੇ ਕਰਦਾ ਉਸ ਬੰਦੇ ਨੂੰ ਮਿਲਣ 'ਤੇ। ਲੇਕਿਨ ਚਲੋ ਕਦੀ ਮੌਕਾ ਮਿਲਿਆ ਜ਼ਿੰਦਗੀ ਵਿੱਚ, ਸੁਣਜਾਤ ਫੈਸਲਾਬਾਦ ਗਿਆ, ਮੈਂ ਤੁਹਾਡੀ ਮੁਲਾਕਾਤ ਕਰਾ ਦੂੰ। ਫੈਸਲਾਬਾਦ ਜਾਂਦਾ ਰਹਿਣਾ, ਮੇਰਾ ਘਰ ਹੈ ਉਮਰ ਭਾਈ ਜਿਹੜੇ ਹੁੰਦੇ ਨੇ ਫੈਸਲਾਬਾਦ ਦੇ ਨੇ, ਲੇਕਿਨ ਮੇਰੇ ਖਿਆਲ ਨਾਲ ਸਾਡੇ ਕੋਲ ਵੀ ਟਾਈਮ ਨਹੀਂ ਹੁੰਦਾ ਵੀ, ਮਸਲਾ ਤਾਂ ਇਹ ਹੈ, ਸਾਰੀ ਗੱਲ ਤੇ ਹੈ, ਤੇ ਕੁਝ ਇਨਸ਼ਾ ਅੱਲਾ ਕਿਸੇ ਨੂੰ ਮਿਲਣਾ ਚਾਹੀਦਾ, ਇਨਸਾਨ ਮਿਲ ਸਕਦਾ ਵੇ। ਸੋਹੇਲ ਅਨਵਰ ਗੋਂਦਲ ਮੰਡੀ ਬਾਬਲਦੀਨ, ਮੈਂ ਉਹਨਾਂ ਨੂੰ ਨਹੀਂ ਵੇਖਿਆ ਮੇਰੇ, ਤੁਸੀਂ ਦੇਖਿਆ? ਠੀਕ ਹੈ, ਫਿਟਨੈਸ ਯਾਨੀ ਜੋ ਐਥਲੀਟਸ ਨੂੰ ਨਾ ਦੇਖਦੇ ਰਹਿੰਦੇ। ਇੱਕ ਲੜਕਾ ਟਰੈਕਟਰ ਰੋਕ ਲੈਂਦਾ ਅਰਸ਼ਦ ਤਾਰਣ, ਮੈਨੂੰ ਨਹੀਂ ਪਤਾ,
ਤੁਸੀਂ ਵੀ ਨਹੀਂ ਵੇਖਿਆ। ਖੈਰ ਚਲੋ, ਤੁਹਾਡੀ ਡੋਮੇਨ ਦੇ ਅੰਦਰ ਆਖਰੀ ਦੋ ਤਿੰਨ ਨਾਨ ਉਹਨਾਂ ਨੇ ਅਸੀਂ ਜਵਾਬ ਦਿਓ, ਫਿਰ ਤੁਹਾਡੀ ਅਸੀਂ ਜਾਣ ਛੱਡ ਸਕਦੇ ਹਾਂ। ਖਾਣਾ ਤੁਹਾਡਾ ਤਿਆਰ ਹੈ ਔਰ ਬਹੁਤ ਸ਼ੁਕਰੀਆ ਤੁਹਾਡੇ ਵਕਤ ਦਾ। ਇੱਕ ਸਵਾਲ ਇਹ ਕਿ ਜਿਸ ਵਕਤ ਮੈਂ ਤੁਸਾਂ ਦੇ ਗਰਾਊਂਡ 'ਚ ਆਇਆ ਤਾਂ ਤੁਸਾਂ ਦੀ ਟੀਮ ਨੂੰ ਤਕਰੀਬਨ 67 ਰਨਸ ਤੋਂ ਜ਼ਿਆਦਾ ਰਨ ਲੱਗ ਚੁੱਕੇ ਸਨ। 5 ਓਵਰ ਦਾ ਮੈਚ ਸੀ ਔਰ ਜਿਹੜੇ ਭਾਈ ਨੂੰ ਮੈਂ ਮਿਲਣ ਆਇਆ ਸੀ ਆਤਫ ਕਿਆਨੀ ਸਾਹਿਬ ਜ਼ਿਲਮ ਤੋਂ, ਬੜੇ ਪਰੇਸ਼ਾਨ ਖੜੇ ਸਨ ਔਰ ਸਕੋਰ ਜਾਂਦਾ ਜਾਂਦਾ 82 'ਤੇ ਚਲਾ ਗਿਆ ਔਰ 83 ਤੁਸੀਂ ਚੇਜ਼ ਕਰਨਾ ਸੀ ਔਰ 4 ਓਵਰ ਦੇ ਅੰਦਰ ਤੁਸੀਂ ਚੇਜ਼ ਕਰ ਰਹੇ ਹੋ, ਸ਼ਾਇਦ ਸਰਮਤ ਸਾਹਿਬ ਆਊਟ ਹੋ ਗਏ, ਮੈਨੂੰ ਲੱਗਾ ਇਤਨੀ ਦੇਰ ਲੱਗ ਗਈ, ਨਹੀਂ ਤਾਂ ਜਲਦੀ ਸ਼ਾਇਦ ਚੇਜ਼ ਹੋ ਜਾਂਦਾ। ਤੁਹਾਨੂੰ ਕੋਈ ਪ੍ਰੈਸ਼ਰ ਆਇਆ ਸੀ 82 ਰਨਸ ਦਾ? ਨਹੀਂ, ਅਲਹਮਦੁਲਿਲਾ ਨਹੀਂ ਸੀ ਇਹ ਪ੍ਰੈਸ਼ਰ। ਇਹ ਕਿ ਨਹੀਂ ਕਿ ਚੇਜ਼ ਕਰ ਗਏ ਹਾਂ, ਮੈਂ ਜਦੋਂ ਸਾਨੂੰ ਸਕੋਰ ਲੱਗ ਰਿਹਾ ਸੀ ਨਾ, ਮੈਂ ਬੋਲਣ ਨੂੰ ਇਹ ਕਹਿ ਰਿਹਾ ਕਿ 100 ਦੀ ਰਖਾਓ, ਇਨਸ਼ਾਅੱਲਾ 100 ਚੇਜ਼ ਕਰ ਦਿਆਂਗੇ ਇਨਸ਼ਾਅੱਲਾ ਤਾਲਾ, ਕਿਉਂਕਿ 100 ਇਹ ਸਾਡਾ ਪਹਿਲੀ ਪਲਾਨ ਸੀ ਕਿ 100 ਦੇ ਅੰਦਰ ਰੋਕ ਲਓ, 100 ਦੇ ਅੰਦਰ ਰੋਕ ਲਓ ਇਨਸ਼ਾਅੱਲਾ ਇਹ ਚੇਜ਼ ਕਰਾਂਗੇ। ਕੰਡੀਸ਼ਨ ਇੰਜ ਦੀ ਹੈ, ਬਾਕੀ ਵੇਖੋ ਬੈਡ ਲੱਕ ਹੋਣਗੇ, ਪਤਾ ਨਹੀਂ ਹੁੰਦਾ ਬੈਟਸਮੈਨ ਤੇ ਗੇਂਦ ਦਾ ਮੁਹਤਾਜ ਹੈ, ਸਰਮਨ ਦਾ ਥੋੜੀ ਬੈਡ ਲੱਕ ਹੋਈ ਆਊਟ ਹੋ ਗਿਆ, ਲੇਕਿਨ ਇਹ ਖੜਾ ਹੁੰਦਾ ਸ਼ਾਇਦ ਇਸ ਤੋਂ ਵੀ ਜਲਦੀ ਚੇਜ਼ ਕਰ ਜਾਂਦੇ, ਅਤੇ 100 ਤੱਕ ਸਾਨੂੰ ਕੌਨਫੀਡੈਂਸ ਹੈ ਕਿ ਇਨਸ਼ਾਅੱਲਾ ਅਸੀਂ ਕਰ ਜਾਂਗੇ। ਵੇਖੋ 110-15-20 ਵੀ ਹਾਂ ਚੇਜ਼ ਕੀਤਾ 5-5-4 ਓਵਰਾਂ ਦੇ ਵਿੱਚ, ਗੁੱਡ ਡੇ ਬੈਡ ਡੇ ਦੀ ਗੱਲ ਹੈ, ਬਾਕੀ ਕੌਨਫੀਡੈਂਸ ਹੈ ਸਾਨੂੰ ਕਿ ਅਲਹਮਦੁਲਿਲਾ ਕਿ ਇਨਸ਼ਾਅੱਲਾ ਅਸੀਂ ਕਰ ਜਾਵਾਂਗੇ। ਅਗਲਾ ਨਾਂ ਹੈ ਸਰਮਦ ਅਮੀਦ, ਸਰਮਦ ਅਮੀਦ ਦਾ ਕਲਾਸ ਮਾਸਟਰ, ਉਹਦੇ ਬਾਰੇ 'ਚ 1 ਮਿੰਟ ਦਾ ਕਮੈਂਟ। ਕਮੈਂਟ ਇਹਦੇ ਲਈ ਇਹ ਵੇ ਕਿ ਮਾਸ਼ਾਅੱਲਾ ਆਊਟਸਟੈਂਡਿੰਗ, ਜਿਵੇਂ ਖੇਡਦਾ ਪਿਆ, ਅੱਲਾ ਪਾਕ ਇਸ ਤੋਂ ਵੱਧ ਇਜ਼ਤਾਂ ਦੇ ਇਹਨੂੰ, ਸਾਡੀ ਦਿਲੀ ਚਾਹਤ ਮੁਹੱਬਤ ਸਪੋਰਟ ਇਸ ਇਨਸਾਨ ਦੇ ਨਾਲ ਹੈ, ਅਤੇ ਜੋ ਇਹ ਖੇਡਦਾ ਪਿਆ ਇਨਸ਼ਾਅੱਲਾ ਅਨਬਲੀਵੇਬਲ ਹੈ। ਹੋਰ ਵੀ ਜਿੰਨੇ ਵੀ ਅਲਫਾਜ਼ ਹੈ ਨੇ ਇਹਦੇ ਲਈ ਹਾਜ਼ਰ। ਕਿਹੜੀ ਸ਼ਾਟ ਇਹਨਾਂ ਦੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੈ ਜਿਹੜੀ ਇਹ ਖੇਡਦੇ? ਸਾਰੀਆਂ ਮੈਨੂੰ ਪਸੰਦ ਨੇ ਦੀਆਂ, ਨਹੀਂ ਕੋਈ ਖਾਸ ਹੁੰਦੀ ਹੈ, ਇੱਕ ਖਾਸ ਸ਼ਾਟ? ਸ਼ਾਟ ਕਵਰ ਤੇ ਖੇਡਦਾ ਮਾਸ਼ਾਅੱਲਾ, ਬਹੁਤ ਅੱਛੀ ਖੇਡਦਾ ਵੇ। ਪੱਕੀ ਹੈ ਇਹਨਾਂ ਦੀ? ਪੱਕੀ ਹੈ ਮਾਸ਼ਾਅੱਲਾ, ਜੇ ਲੱਗ ਗਈ ਤਾਂ 6 6 ਹੈ ਜੀ 6 ਹੈ। ਵੈਸੇ ਮਾਸ਼ਾਅੱਲਾ ਫਿਟਨੈਸ ਹੈ, ਜਾਨ ਹੈ, ਜਵਾਨੀ ਹੈ, ਰਿਫਲੈਕਸਿਸ ਨੇ, ਹਰ ਇੱਕ ਨੂੰ ਅੱਛਾ ਖੇਡਦਾ ਪਿਆ। ਬਸ ਸਾਡੀ ਸਪੋਰਟ ਜੀ, ਮੁਹੱਬਤ ਇਹਦੇ ਨਾਲ, ਕਿ ਅੱਲਾ ਦੁਆ ਦੇ ਨਾਲ ਕਿ ਅੱਲਾ ਪਾਕ ਇਸ ਤਰ੍ਹਾਂ ਇਹਨੂੰ ਇਜ਼ਤਾਂ ਸ਼ਾਨਾ ਦੇ, ਅਤੇ ਅੱਲਾ ਪਾਕ ਹੋਰ ਇਹਨੂੰ ਅੱਗੇ ਲੈ ਕੇ। ਸਭ ਤੋਂ ਪਸੰਦੀਦਾ ਬੈਟਸਮੈਨ ਤੁਹਾਡਾ ਕਿਹੜਾ? ਟੇਬਲ ਟੇਪ ਬਾਲ ਨਹੀਂ ਹੈ, ਆਊਟ ਬਾਲ ਇੰਟਰਨੈਸ਼ਨਲ ਮੈਚ ਹੈ ਤੁਹਾਨੂੰ? ਕੋਹਲੀ 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 ਠੀਕ। ਔਰ ਬਾਲਰ? ਆਮਰ ਆਮਰ ਮੁਹੰਮਦ। ਦੋਨੋਂ ਤੋਂ ਇਲਾਵਾ ਅੱਗੇ ਬੱਸ ਹੈ? ਬੱਸ ਮੇਰੇ ਖਿਆਲ ਨਾਲ, ਮੇਰੇ ਨਜ਼ਰ 'ਚ ਬੱਸ ਉਂਝ ਤਾਂ ਬੜੇ ਜਿਹੇ ਹੁਣ ਹੈ ਨੇ, ਖੇਡਦੇ ਨੇ ਪਏ, ਅਤੇ ਦੁਨੀਆ ਲਾਈਕ ਕਰਦੀ, ਆਪਣੀ ਆਪਣੀ ਪਸੰਦ ਦੀ ਗੱਲ ਹੈ ਜੀ, ਮੈਨੂੰ ਕੋਹਲੀ ਅਤੇ ਆਮਰ ਪਸੰਦ ਨੇ। ਸਰਮਾ ਸਾਹਿਬ ਤੁਸੀਂ 1 ਮਿੰਟ ਦਾ ਕਮੈਂਟ ਕਰਨਾ ਹੈ, ਤੈਮੂਰ ਮਿਰਜ਼ਾ? ਦੱਸਾਂਗੇ, ਟੇਪ ਬਾਲ ਜਿਹੜੀ ਹੈ ਨਾ, ਇੱਕ ਮਤਲਬ ਟੇਪ ਬਾਲ ਨੂੰ ਇੱਕ ਬ੍ਰਾਂਡ ਮਤਲਬ ਉੱਪਰ ਲੈ ਕੇ ਜਾਣ ਵਾਲਾ ਬੰਦਾ ਯਾਰ, ਇਹਦੇ ਲਈ ਕੋਈ ਸ਼ੱਕ ਨਹੀਂ। ਇਹਨਾਂ ਦੀ ਵਜ੍ਹਾ ਤੋਂ ਬਾਕੀ ਸਾਰੇ ਬੰਦੇ ਜੇ ਚਾਰ ਰਹੇ ਇੱਕ, ਮਤਲਬ ਤੁਹਾਨੂੰ ਪਹਿਲੇ ਵੀ ਮੈਂ ਕਿਹਾ ਕਿ ਟੇਪ ਬਾਲ ਦਾ ਸ਼ਾਇਦ ਅਫਰੀਦੀ, ਇਹਨਾਂ ਨੂੰ ਮੈਂ ਵੀ ਨਹੀਂ ਕਿਹਾ ਜਾਂਦਾ, ਬੜੀ ਦੁਨੀਆ ਲਾਈਕ ਕਰਦੀ ਹੈ ਯਾਰ, ਅੱਲਾ ਪਾਕ ਹੋਰ ਇੱਜ਼ਤ ਹੈ ਯਾਰ। ਇਹਨਾਂ ਦੀ ਗੇਮ ਤੋਂ ਮੁਤਾਸਰ ਹੋ ਤੁਸੀਂ? ਬਿਲਕੁਲ ਯਾਰ, ਕੋਈ ਸ਼ੱਕ? ਕਿਹੜੀ ਸ਼ਾਟ ਇਹਨਾਂ ਦੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੈ? ਯਾਰ ਓਵਰਆਲ ਬੰਦਾ ਮਤਲਬ ਮੈਂ ਸਭ ਤੋਂ ਜ਼ਿਆਦਾ ਇਸ ਬੰਦੇ ਦਾ ਫੈਨ ਹੈ ਯਾਰ, ਕਿ ਮਤਲਬ ਪ੍ਰੈਸ਼ਰਾਈਜ਼ ਨਹੀਂ ਹੁੰਦਾ ਯਾਰ, ਜਿਹੜੀ ਮਰਜ਼ੀ ਕੰਡੀਸ਼ਨ ਹੈ, ਜਿਹੜੀ ਮਰਜ਼ੀ ਸਿਚੁਏਸ਼ਨ ਹੈ ਯਾਰ, ਇਹ ਬੰਦਾ ਬਿਲਕੁਲ ਆਪਣੀ ਸਿੰਪਲ ਹੋਈ ਜਾਣਗੇ ਯਾਰ ਆਪਣੀ ਗੇਮ ਕੇ। ਯਾਨੀ ਤੁਸੀਂ ਅੱਜ ਤੱਕ ਇਹਨਾਂ ਨਰਵਸ ਨਹੀਂ ਦੇਖਿਆ? ਖੁਦ ਤੁਸੀਂ ਨਰਵਸ ਹੋ ਜਾਂਦੇ ਹੋ? ਅਕਸਰ ਉਕਾਤ ਹੈ ਯਾਰ, ਮੈਂ ਆਟ ਬੋਲ ਤੇ ਟੇਪ ਬਾਲ ਜਾਏ, ਮੈਂ ਬਹੁਤ ਸਟਰਗਲ ਕੀਤੀ ਹੈ ਯਾਰ, ਉਹ ਬਿਲਕੁਲ ਇੱਕ ਅਲੱਗ ਗੇਮ ਹੈ ਆਟ ਟੇਪ ਬਾਲ, ਬਿਲਕੁਲ ਇਦਾਂ ਮਤਲਬ ਥੋੜੇ ਟਾਈਮ ਦੀ ਗੇਮ ਹੈ, ਪਰ ਇਹ ਜ਼ਿਆਦਾ ਪ੍ਰੈਕਚਰਾਈਜ਼ ਗੇਮ ਹੈ, ਉਹਦੇ ਫਿਰ ਤੁਹਾਨੂੰ ਟਾਈਮ ਹੈ ਯਾਰ, ਤੁਸੀਂ 10 ਬਾਲ ਰੋਕ ਸਕਦੇ ਹੋ, ਸਮਝ ਸਕਦੇ ਹੋ, ਪਿੱਚ ਨੂੰ ਇਹਦੀ ਟਾਈਮ ਨਹੀਂ ਹੈ, ਟਾਈਮ ਨਹੀਂ ਹੈ ਤੁਹਾਡੇ ਕੋਲ। ਸ਼ਾਰਟ ਕ੍ਰਿਕਟ ਤੁਹਾਨੂੰ ਪਤਾ ਹੁਣ 3 ਓਵਰ 4 ਓਵਰ 'ਚ ਕੀ ਹੁੰਦਾ ਜੇ, ਜਾ ਕੇ ਮਾਰ ਧਾੜੀ ਕਰਨੀ ਜੇ, ਇੱਕ ਟਰੈਵਲ ਦਾ ਪ੍ਰੈਸ਼ਰ, ਉੱਤੋਂ ਕਰਾਊਡ ਦਾ ਪ੍ਰੈਸ਼ਰ, ਤੁਹਾਡੇ ਖੇਡਣ ਦਾ ਪ੍ਰੈਸ਼ਰ, ਤੁਹਾਡੇ ਆਉਣ ਜਾਣ ਦਾ ਪ੍ਰੈਸ਼ਰ, ਹੁਣ ਇੱਕ ਤੁਸੀਂ 8 ਘੰਟੇ ਸਫ਼ਰ ਕਰ ਗਏ ਹੋ, ਜਾ ਕੇ ਉੱਥੇ ਖੇਡਦੇ ਹੋ ਪਏ ਮੈਚ, ਤੁਹਾਡਾ ਗਰਾਊਂਡ ਜਾਣਾ ਵੇ, ਖੁਦਾ ਨਾ ਖਾਸ ਤੁਹਾਡੇ ਨਾਲ ਬੈਡ ਲੱਕ ਹੋ ਜਾਂਦੀ, ਤੁਸੀਂ ਪਹਿਲੀ ਕਹਿੰਦੇ ਆਊਟ ਹੋ ਜਾਂਦੇ ਹੋ, ਉਸ ਚੀਜ਼ ਦਾ ਪ੍ਰੈਸ਼ਰ, ਹਰ ਚੀਜ਼ ਤੁਹਾਡੇ ਨਾਲ ਕਰਨਾ ਹੁੰਦਾ, ਉਹਨਾਂ ਦੀ ਹਰ ਜਗ੍ਹਾ ਤੇ ਹਰ ਗਰਾਊਂਡ ਇੱਕ ਵੱਧ ਕੇ ਯਾਰ, ਹਾਂ ਬਸ ਇਹ ਯਾਨੀ ਉਹਨਾਂ ਉਮੀਦਾਂ ਨੂੰ ਬਰਕਰਾਰ ਰੱਖਣਾ। ਬਹੁਤ ਪ੍ਰੈਸ਼ਰ ਹੈ ਭਾਈਜਾਨ, ਬਹੁਤ ਪ੍ਰੈਸ਼ਰ ਹੈ, ਲੇਕਿਨ ਅੱਲਾ ਦੀ ਤਾਲਾ ਜ਼ਾਤ ਕੇ ਬਚਾਈ ਜਾ ਰਹੀ ਹੈ। ਜਿਸ ਵਕਤ ਮੈਚ ਖਤਮ ਹੁੰਦਾ, ਇੱਕ ਕਰਾਊਡ ਤੁਹਾਡੀ ਤਰਫ ਦੌੜ ਆਉਂਦਾ, ਹਾਂ ਬਿਲਕੁਲ, ਇਹ ਉਹਨੂੰ ਕਿਸ ਤਰ੍ਹਾਂ ਹੈਂਡਲ ਕਰਦੇ ਹੋ? ਕਦੇ ਗੁੱਸਾ ਆਇਆ,
ਜਾਂ ਅਜੀਬ ਲੱਗਦਾ ਹੈ, ਤੰਗ ਹੁੰਦੇ ਹੋ ਕਿਸੇ ਵਕਤ? ਮੈਂ ਕਿਉਂਕਿ ਤੁਸੀਂ ਤੇ ਗਰਾਊਂਡ ਦੇ ਅੰਦਰ ਹੋ ਜਾਂਦੀ ਹੈ ਕਿ ਆਉਂਦਾ, ਲੇਕਿਨ ਬੜੀ ਚੀਜ਼ਾਂ ਨੂੰ ਇਗਨੋਰ ਕਰਨਾ ਪੈਂਦਾ। ਮੇਰੇ ਖਿਆਲ ਨਾਲ ਇੱਕ ਸਟਾਰ ਦੀ ਜਿਹੜੀ ਲਾਈਫ ਹੁੰਦੀ ਹੈ ਨਾ, ਉਹ ਆਪਣੇ ਵਾਸਤੇ ਨਹੀਂ ਜੀ ਸਕਦਾ, ਉਹ ਬੜੀਆਂ ਚੀਜ਼ਾਂ ਨੂੰ ਵੇਖਣਾ ਪੈਂਦਾ। ਤੁਹਾਡਾ ਟੁਰਨਾ ਫਿਰਨਾ, ਆਉਣਾ ਜਾਣਾ, ਬੋਲਣਾ, ਹਰ ਚੀਜ਼ ਤੁਹਾਡੀ ਅਕਾਊਂਟ ਹੁੰਦੀ ਹੈ, ਤੁਹਾਨੂੰ ਵਾਚ ਕਰਦੀ ਪਈ ਲੋਕ, ਅਤੇ ਬੜਾ ਕਦੀ ਕਦੀ ਆ ਵੀ ਜਾਂਦਾ ਵੇ। ਲੇਕਿਨ ਮਾਜ਼ਰਤ ਕਰੀਗਾ ਯਾਰ, ਤੁਹਾਡੀ ਮਿਹਰਬਾਨੀ, ਥੋੜ੍ਹਾ ਇਗਨੋਰ ਕਰਿਆ ਕਰੋ। ਗਰਾਊਂਡ ਦੇ ਵਿੱਚ ਕੋਈ ਇਧਰੋਂ ਖਿੱਚ ਰਿਹਾ, ਕੋਈ ਇਧਰੋਂ ਖਿੱਚ ਲਓ, ਇਹਨਾਂ ਅਸੀਂ ਨਹੀਂ ਆਉਂਦੇ ਕਿ ਤੋਬਾ ਅਸਤਗਫਿਰੁੱਲਾ ਕੇ ਯਾਰ, ਅਸੀਂ ਆਪ ਹੀ ਸਟਾਰ ਬਣ ਗਏ ਹਾਂ, ਲੋਕ ਹੀ ਸਾਡੇ ਨਾਲ ਮੁਹੱਬਤ ਕਰਦੇ ਨੇ, ਚਾਹਤ ਕਰਦੇ ਨੇ, ਤਾਂ ਅਸੀਂ ਸਟਾਰ ਹਾਂ। ਇਹ ਨਾ ਕਰਨ ਤਾਂ ਅਸੀਂ ਕਿੱਥੇ ਸਟਾਰ ਹਾਂ? ਅਸੀਂ ਤਾਂ ਫਿਰ ਰਹਿ ਗਿਆ ਘਰਾਂ 'ਚ ਗਈ, ਅਤੇ ਬਾਕੀ ਉਹ ਅਸਲ 'ਚ ਨੈਗੇਟਿਵ ਚੀਜ਼ਾਂ ਮੇਰੇ ਖਿਆਲ ਨਾਲ ਮੀਡੀਆ ਜ਼ਿਆਦਾ ਫੜਦਾ ਵੇ ਸਾਡੇ 'ਤੇ ਅਟੈਕ ਕਰਨ ਲੱਗੇ, ਨਹੀਂ ਪੋਜ਼ਿਟਿਵ ਘੱਟ ਰੋਕਦੇ ਨੇ, ਕਦੀ ਕਦੀ ਉਂਝ ਬੰਦੇ ਰੋਕ ਦੇਗਾ ਯਾਰ ਥੋੜ੍ਹਾ ਠਹਿਰ ਕੇ ਆਈ, ਲੇਕਿਨ ਉਹ ਆਉਂਦੇ ਨੇ ਵੇਖੋ ਜੀ ਇਸ 'ਚ ਕਿੰਨਾ ਇਗਨੋਰ ਕਰਦਾ ਪਿਆ, ਕਿੱਡਾ ਪ੍ਰਾਊਡੀ ਹੈ, ਇਗਨੋਰ ਜਿਹੜਾ ਵੇ ਅਤੇ ਗਰੂਰ ਕਰਦਾ ਪਿਆ ਹੈ। ਪਲੇਅਰ ਨੂੰ ਬਹੁਤ ਇਤਿਹਾਸ ਕਰਨੀ ਪੈਂਦੀ ਹੈ ਯਾਰ, ਉਹ ਦਿਲ ਕਰੇ ਅਸੀਂ ਕਿਸੇ ਹੋਰ ਤਰੀਕੇ ਨਾਲ ਰੋਕਿਆ ਗਿਆ ਯਾਰ, ਮਿਹਰਬਾਨੀ ਯਾਰ ਮੈਚ ਚੱਲ ਰਿਹਾ, ਬਾਅਦ 'ਚ ਤੁਹਾਨੂੰ ਮਿਲਣੇ, ਲੇਕਿਨ ਉਹ ਜਦੋਂ ਕੈਮਰਾ ਵਹਾਉਂਦਾ ਪਿਆ ਕੁਛ ਆਪਣੇ ਵਿਊਜ਼ ਲੈਣ ਲਈ, ਝੂਠੇ ਵਿਊਜ਼ ਲੈਣ ਲਈ ਮੈਂ ਦੇਖਾਂ, ਅਤੇ ਉਹ ਸਾਨੂੰ ਕ੍ਰਿਟੀਸਾਈਜ਼ ਕਰਦੇ। ਲੇਕਿਨ ਅਲਹਮਦੁਲਿਲਾ ਸਾਨੂੰ ਪਤਾ ਸਾਡਾ ਆਪਣੇ ਅੱਲਾਹ ਨਾਲ ਤਾਂ ਸਾਡੀ ਆਵਾਮ ਨਾਲ ਸਾਡਾ ਕੀ ਤੱਲੇ ਗਏ, ਅਸੀਂ ਆਪਣੇ ਦਿਲ ਤੋਂ ਮੁਤਮੇ ਨਾ। ਦਿਲ ਕਰਦਾ ਹਰ ਬੰਦੇ ਨਾਲ ਤਸਵੀਰ ਬਣਾ, ਕੋਈ ਨਾਰਾਜ਼ ਨਹੀਂ, ਕੋਈ ਨਾਰਾਜ਼ ਨਾ ਕਰਾਂ, ਲੇਕਿਨ ਖੁਸ਼ੀ ਮਹਿਸੂਸ ਹੁੰਦੀ ਹੈ? ਅਲਹਮਦੁਲਿਲਾ, ਅਲਹਮਦੁਲਿਲਾ ਹੁੰਦੀ, ਬੜੀ ਖੁਸ਼ੀ ਹੁੰਦੀ ਹੈ। ਦੇਖੋ ਕਿਸੇ ਨਾਲ ਕੋਈ ਤਸਵੀਰ ਬਣਾਉਣਾ ਬਹੁਤ ਵੱਡੇ ਪ੍ਰਾਊਡ, ਬਿਲਕੁਲ ਜੀ, ਬਿਲਕੁਲ ਬਿਲਕੁਲ, ਸਹੀ ਗੱਲ। ਆਪਸ ਹੀ ਤੁਹਾਡਾ ਮੈਚ ਹੋ ਜਾਂਦਾ ਕਿਸੇ ਦਾ, ਮੁਹਾਲਿਫ ਆ ਜਾਂਦੇ ਇੱਕ ਦੂਸਰੇ ਦੇ, ਫਿਰ ਕੋਈ ਵਿੱਚ ਕਦੇ ਹੁੰਦੀ ਹੈ ਕੋਈ ਆਵਾਜ਼ ਲਾ ਦਿੱਤੀ ਹੁਣ ਜਿੱਤ ਗਿਆ ਸੀ, ਮੈਂ ਜਿੱਤ ਗਿਆ, ਤੁਸੀਂ ਜਿੱਤ ਗਏ ਹੋ? ਨਹੀਂ, ਕਦੀ ਨਹੀਂ ਹੋਇਆ ਵੀ, ਇਹ ਤਾਂ ਛੋਟੇ ਭਰਾ ਨੇ, ਕਿਸੇ ਹੋਰ ਨਾਲ ਵੀ ਨਹੀਂ। ਦੇਖੋ ਜਵਾਨੀ ਇੱਕ ਚੀਜ਼ ਐਸੀ ਹੁੰਦੀ ਕਿ ਵਾਧੇ ਘਾਟੇ ਹੋ ਜਾਂਦੇ ਨੇ ਗਰਾਊਂਡਾਂ 'ਚ ਵੀ, ਕਿਉਂਕਿ ਹੁਣ ਵੇਖੋ ਇਹ ਮੇਰੇ ਖਿਆਲ ਅਗਰ ਗਰਮੀ 'ਚ ਤੁਸੀਂ ਖੇਡਦੇ ਪਏ, 40 ਟੈਂਪਰੇਚਰ ਖੇਡਦੇ ਪਏ, ਤਾਂ ਖੇਡਦੇ ਹਾਂ 50 ਹੋ ਜਾਣਾ ਵੇ, ਅਤੇ ਉਹ ਕਦੀ ਕਦੀ ਦਿਮਾਗ ਮਾਊਫ ਹੋ ਜਾਂਦਾ ਇਨਸਾਨ ਦਾ। ਲੇਕਿਨ ਕੋਸ਼ਿਸ਼ ਕਰੀਦੀ ਕਿ ਯਾਰ ਕੂਲ ਮਾਇੰਡ ਰਹੀਏ, ਅਸੀਂ ਤਾਂ ਹੁਣ ਉਹ ਸਟੇਜ 'ਤੇ ਨਹੀਂ ਹੈ ਕਿ ਅਸੀਂ ਕਿਸੇ ਨੂੰ ਬਾਹਾਂ ਚੜਾਈਏ ਪਈਏ, ਉਂਗਲਾਂ ਕਰੀਏ ਪਈਏ, ਉਹਦਾ ਇੰਝ ਹੋ ਗਿਆ, ਇੰਝ ਹੋ ਗਿਆ, ਨਹੀਂ, ਅਤੇ ਕੋਸ਼ਿਸ਼ ਇਹੀ ਕਰੀਦੀ ਕਿ ਅਵੋਇਡ ਕਰੀਏ ਇਹਨਾਂ ਚੀਜ਼ਾਂ ਤੋਂ, ਕਿ ਪੋਜ਼ਿਟਿਵ ਸਾਈਨ ਜਾਏ ਲੋਕਾਂ 'ਤੇ। ਕੋਈ ਐਸਾ ਬਾਲਰ ਯਾਦ ਹੈ ਜਿਸ ਨੇ ਤੁਹਾਨੂੰ ਬੋਲ ਕੇ ਕਿਹਾ ਹੋਇਆ ਵੀ ਤੈਮੂਰ ਹੁਣ ਤੇਰੀ ਇਸ ਬਾਲ 'ਤੇ ਵਿਕਟ ਗਈ? ਨਹੀਂ, ਬੋਲ ਕੇ ਤਾਂ ਕਿਸੇ ਨਹੀਂ ਕਿਹਾ ਵੀ, ਵੈਸੇ ਕਵਰ 'ਚ ਵਿਕਟ ਗਈ, ਉਸ ਤਰ੍ਹਾਂ ਦੇ ਬੜਿਆਂ ਨੇ ਹੂਡ ਕੀਤਾ, ਆਊਟ ਕਰ ਗਏ, ਲੇਕਿਨ ਉਹਨਾਂ ਨੂੰ ਸ਼ਾਬਾਸ਼ ਦੇ ਦਿੱਤੀ ਕਿ ਠੀਕ ਹੈ ਭਾਈ ਤੁਸੀਂ ਕਰ ਲਿਆ ਆਊਟ, ਕਦੀ ਸਾਡਾ ਦਿਨ ਵੀ ਆਏਗਾ, ਅਤੇ ਅੱਲਾ ਸ਼ੁਕਰ ਹੈ ਬਸ ਬੋਲ ਕੇ ਤਾਂ ਕਦੀ ਕਿਸੇ ਨਹੀਂ ਆਖਿਆ ਕਿ ਭਾਈ ਹੈ ਤੇਰੀ ਵਿਕਟ ਗਈ ਹੈ ਤੈਂ ਤੇ। ਕੋਈ ਮੈਚ ਐਸਾ ਯਾਦ ਹੈ ਜਿਹਦੇ ਬਹੁਤ ਗੁੱਸਾ ਆ ਗਿਆ ਹੋਇਆ, ਕੋਈ ਇਸ ਤਰ੍ਹਾਂ ਦੀ ਰੰਜਿਸ਼ ਬਣ ਗਈ ਹੋਇਆ? ਸਰ ਨਾਲ ਭਾਈ ਦਾ ਸਾਨੂੰ ਪਤਾ ਹੈ ਡਾਊਨ ਟੂ ਅਰਥ ਹੈ, ਜੇ ਜੋ ਹਾਰ ਜੋ ਇੱਕ ਬਰਾਬਰ ਹੈ। ਇਨਸਾਨ ਨੂੰ ਗੁੱਸਾ ਹੁੰਦਾ ਹੁੰਦੀਆਂ ਦੂਜੇ ਤੋਂ, ਯਾਰ ਇੰਜ ਕਰੋ ਯਾਰ, ਅਗਰ ਉਹਦੇ ਥੋੜਾ ਅਗੇਂਸਟ ਜਾ ਰਹੇ ਹੋ ਤੇ ਉਹ ਫਿਰ ਬੰਦੇ ਨੂੰ ਇਨਸਾਨ ਚੜਦਾ, ਗੁੱਸਾ ਚੜਦਾ ਹੀ ਹੈ, ਸਾਡਾ ਤੇ ਹੁਣ ਲੱਥ ਗਿਆ ਵੇ, ਸਰ ਮੈਨੂੰ ਬੜਾ ਚੜਦਾ ਇਹਨੂੰ, ਆ ਕੀ ਡੰਡਾ ਰਿਹਾ ਹੈਗਾ ਗਰਾਊਂਡ ਦੇ ਵਿੱਚ। ਇੱਕ ਤੁਹਾਡਾ ਬਾਲਰ ਹੈ ਚਕਵਾਲੀ ਕਰਕੇ ਉਹਦਾ ਨਾਮ, ਨਹੀਂ ਤਾਂ ਬੈਟਸਮੈਨ ਹੈ, ਬੈਟਸਮੈਨ ਸੋਰੀ, ਖੁਰਮ ਚਕਵਾਲੀ। ਹਾਂ, ਕਿਆ ਬਾਤ ਹੈ ਜੀ, ਮਾਸ਼ਾਅੱਲਾ ਲੈਜੈਂਡ ਪਲੇਅਰ ਨੇ ਟੇਬ ਬੋਲ ਦੇ, ਮੇਰਾ ਸੀਨੀਅਰ ਹੈ, ਸਰਮਦ ਦਾ ਮਾਸ਼ਾਅੱਲਾ ਸੀਨੀਅਰ ਨੇ ਉਹ ਸਾਡੇ ਤੋਂ, ਜਿਹੜੀ ਕ੍ਰਿਕਟ ਹੋ ਰਹੀ ਹੈ ਮੇਰੇ ਖਿਆਲ ਨਾਲ ਤਿੰਨ ਚਾਰ ਬੰਦੇ ਜਿਹੜੇ ਨੇ ਹੁਣ ਸੀਨੀਅਰ ਰਹਿ ਗਏ ਨੇ, ਖੁਰਮ ਹੈ, ਜ਼ਹੀਰ ਹੈ, ਵਸੀਮ ਲੈਫਟੀ ਹੈ, ਹੋਰ ਵੀ ਕੋਈ ਆਈ ਦੱਸ ਲਵੇ, ਕੋਈ ਰਹਿ ਗਿਆ, ਲੜਾਈ ਬਣ ਜਾਣੀ ਆ, ਲੜਦਾ ਨਹੀਂ ਯਾਰ, ਕਿਹਦਾ ਨਾਮ ਰਹਿ ਗਿਆ, ਅਤੇ ਸਨਮ, ਸਨਮ ਤਾਂ ਚਲੋ ਸਾਡਾ ਲੰਗੋਟੀ ਹੋਈ ਹੈ ਨਾ, ਉਹ ਤਾਂ ਰਹਿ ਗਿਆ, ਮਸਲਾ ਨਹੀਂ ਹੈ, ਲੈਵਲ ਤੇ ਸਾਡੇ, ਬਾਕੀ ਲੈਜੈਂਡ ਪਲੇਅਰ ਨੇ ਮਾਸ਼ਾਅੱਲਾ ਆਊਟ ਕਲਾਸ ਨੇ। ਉਹ ਉਹ ਜਿਹੜਾ ਮੁਖਾਲਫ ਆਉਂਦੇ ਨੇ, ਕੋਈ ਪ੍ਰੈਸ਼ਰ ਹੁੰਦਾ ਉਹਨਾਂ ਦਾ ਵੀ? ਪ੍ਰੈਸ਼ਰ ਕਿਸੇ ਦਾ ਵੀ ਨਹੀਂ ਹੈ, ਪ੍ਰੈਸ਼ਰ ਨਹੀਂ ਹੈ ਵੀ, ਵੇਖੋ ਇੱਕ ਰਿਸਪੈਕਟ ਇੱਜ਼ਤ ਹੈ ਉਹਨਾਂ ਦੀ ਕਿ ਠੀਕ ਹੈ, ਮੈਨੂੰ ਲੱਗਦਾ ਵਿਰਾਟ ਨੂੰ ਬੁਲਾਉਣਾ ਪੈ ਸੀ ਤਾਂ ਹੀ ਸ਼ਾਇਦ ਪ੍ਰੈਸ਼ਰ, ਨਹੀਂ ਸਗੋਂ ਵੀ ਪ੍ਰੈਸ਼ਰ ਹੋਣਾ ਬੰਦਾ ਮਿਲ ਹੀ ਲੇ। ਚਲੋ ਤੁਸੀਂ ਇੰਟਰਨੈਸ਼ਨਲ ਖੇਲਣ ਗਏ ਹੋ, ਦੁਬਈ ਵਗੈਰਾ ਗਏ ਹੋ ਤੁਸੀਂ ਖੇਲਣ,
ਤੇ ਉੱਥੇ ਤੇ ਇੱਥੇ ਦੇ ਗਰਾਊਂਡਾਂ 'ਚ ਕੋਈ ਫਰਕ ਮਹਿਸੂਸ ਹੋਇਆ? ਗਰਾਊਂਡਾਂ 'ਚ ਫਰਕ ਹੈ, ਉੱਥੇ ਬਾਉਂਡਰੀਆਂ ਵੱਡੀਆਂ ਹੁੰਦੀਆਂ ਨੇ, ਹਵਾ ਚੱਲਦੀ ਰਹਿੰਦੀ ਹੁੰਦੀ ਹੈ, ਥੋੜ੍ਹੀ ਡਿਫੀਕਲਟ ਸਿਚੁਏਸ਼ਨ ਹੈ ਉੱਥੇ ਕਿਉਂਕਿ ਬੈਟਿੰਗ ਵਾਸਤੇ ਥੋੜ੍ਹੀ ਜਿਹੀ ਡਿਫੀਕਲਟ ਹੈ, ਬਾਕੀ ਤਾਂ ਸੇਮ ਸੇਮ ਹੁੰਦਾ, ਮੁੰਡੇ ਹੀ ਹੁੰਦੇ ਨੇ ਮੇਰੇ ਖਿਆਲ ਨਾਲ, ਇਸ ਤੋਂ ਨੋਰਮਲ ਬੋਲਰ ਹੁੰਦੇ ਨੇ ਉੱਥੇ, ਲੇਕਿਨ ਥੋੜ੍ਹੀ ਬਾਉਂਡਰੀ ਵੱਡੀ ਹੁੰਦੀ ਵਾ ਤਾਂ ਬੰਦਾ ਕਦੀ ਫਸ ਵੀ ਜਾਂਦਾ, ਲੇਕਿਨ ਅਲਹਮਦੁਲਿਲਾ ਹਾਂ ਪਰਫਾਰਮ ਕੀਤਾ ਉੱਥੇ ਵੀ, ਅੱਲਾਹ ਦਾ ਬੜਾ ਸ਼ੁਕਰ ਹੈ। ਆਖਰੀ ਸਵਾਲ ਹੈ ਮੇਰਾ, ਸ਼ੁਕਰ ਹੈ ਹੁਣ ਤਾਂ ਭੁੱਖ ਲੱਗ ਗਈ ਹੈ। ਚਲੋ ਕੋਈ ਨਾ, ਆਖਰੀ ਸਵਾਲ ਹੈ, ਇੱਕ ਬੈਟਸਮੈਨ ਨੂੰ ਦਿਓ, ਬੈਟਸਮੈਨ ਬਣਨ ਲਈ, ਅੱਛਾ ਬੈਟਸਮੈਨ ਬਣਨ ਲਈ, ਜਾਂ ਤੈਮੂਰ ਮਿਰਜ਼ਾ ਜਾਂ ਸਰਮਦ ਅਮੀਰ ਬਣਨ ਲਈ, ਉਹਦੇ ਅੰਦਰ ਕੀ ਹੋਣਾ ਚਾਹੀਦਾ? ਜਿਸ ਤਰ੍ਹਾਂ ਮੈਂ ਇੱਕ ਰੇਸਰ ਕੋਲ ਪੁੱਛਿਆ ਸੀ ਵੀ ਰੇਸ ਕਰਨ ਲਈ ਸਭ ਤੋਂ ਜ਼ਰੂਰੀ ਕਿ ਉਹਨਾਂ ਕਿਹਾ ਜਿਗਰਾ, ਅਤੇ ਬੈਟਸਮੈਨ ਦੇ ਅੰਦਰ ਕੀ ਕੁਆਲਿਟੀ ਹੋਣੀ ਚਾਹੀਦੀ ਹੈ ਕਿ ਉਹ ਅੱਛਾ ਬੈਟਸਮੈਨ ਬਣ ਸਕਦਾ? ਇਹ ਚੀਜ਼ ਚਾਹੀਦੀ ਹੈ ਮੇਰੇ ਖਿਆਲ ਨਾਲ, ਤੁਹਾਨੂੰ ਸਭ ਨਾਲ ਪਹਿਲਾਂ ਤੁਹਾਡੀ ਫਿਟਨੈਸ ਚਾਹੀਦੀ ਹੈ, ਤੁਸੀਂ ਫਿੱਟ ਹੋਵੋ। ਆਜ਼ਮ ਖਾਨ ਨਹੀਂ ਹੋਣਾ ਚਾਹੀਦਾ? ਰਹਿਣ ਦਿਓ, ਮੈਂ ਨਹੀਂ ਨਾਮ ਲੈਂਦਾ ਵੀ, ਵੈਸੇ ਉਹਨਾਂ ਦੀ ਫਿਟਨੈਸ ਤਾਂ ਇੰਜ ਦੀ ਹੋਈ ਹੈ, ਅਤੇ ਬਾਕੀ ਮਿਹਨਤ ਕਰਨੀ ਚਾਹੀਦੀ ਹੈ, ਇੱਕ ਟੈਲੈਂਟ ਅਤੇ ਮਿਹਨਤ, ਜਦੋਂ ਦੋਵੇਂ ਚੀਜ਼ਾਂ ਮਿਲਦੀਆਂ ਨਾ, ਫਿਰ ਸਰਮਨਦੀਪ ਬਣਦਾ। ਤਾਂ ਤੈਮੂਰ ਬਣਨ ਲਈ ਕੀ ਚਾਹੀਦਾ ਫਿਰ? ਵੇਖੋ ਜੀ, ਮਿਹਨਤ ਇਹ ਕਦੀ ਨਹੀਂ ਛੱਡੀ, ਕਦੀ ਕੁਤਾਏ ਨਹੀਂ ਇਸ ਚੀਜ਼ ਤੋਂ। ਜਿਹੜੇ ਯੰਗ ਸਾਨੂੰ ਫੋਲੋ ਕਰਦੇ ਨੇ, ਉਹਨਾਂ ਨੂੰ ਇਹੀ ਆਖੀਦਾ ਕਿ ਯਾਰ ਮਿਹਨਤ ਕਰੋ, ਮਿਹਨਤ ਕਰੋ, ਮਿਹਨਤ ਕਰੋ, ਆਪਣੇ ਸੀਨੀਅਰ ਦੀ ਰਿਸਪੈਕਟ ਕਰੋ, ਮਾਂ ਬਾਪ ਦੀ ਰਿਸਪੈਕਟ ਕਰੋ, ਤੁਹਾਡੇ ਜਿਹੜੇ ਵੱਡੇ ਨੇ ਉਹਨਾਂ ਦੀ ਨਮਾਜ਼ ਪੜ੍ਹੋ ਸਭ ਨਾਲ ਪਹਿਲਾਂ, ਤਾਂ ਇਹ ਵੀ ਕਿ ਯਾਰ ਤੁਹਾਡੀ ਮਿਹਰਬਾਨੀ ਨਮਾਜ਼ ਪੜ੍ਹੋ। ਅਗਰ ਤੁਸੀਂ ਆਪਣੇ ਆਪ ਨੂੰ ਇਸ ਪਾਸੇ ਲੈ ਕੇ ਆਓਗੇ ਨਾ, ਅੱਲਾਹ ਤਾਲਾ ਕਹਿੰਦੇ ਨੇ ਕਿ ਤੂੰ ਮੇਰੇ ਵੱਲ ਆਈ ਆ, ਤੇਰੀ ਸਾਰੀ ਜ਼ਿੰਮੇਵਾਰੀ ਮੇਰੀਆਂ, ਇਹ ਨਹੀਂ ਕਿ ਅਸੀਂ ਵਹਾਵੇ ਲਈ ਅੱਲਾ ਮਾਫ਼ ਕਰੇ, ਤੋਬਾ ਅਸਤਗਫਿਰੁੱਲਾਹ ਸਾਡੇ ਕੰਨਾਂ ਨੂੰ ਹੱਥ ਨੇ। ਮੇਰਾ ਇੱਕ ਇਸ ਘਰਾਣੇ ਨਾਲ ਤੱਲਾ ਕਿ ਮੇਰੀ ਪੂਰੀ ਫੈਮਿਲੀ ਅਲਹਮਦੁਲਿਲਾ ਨਮਾਜ਼ੀ ਭਰੇਜੀ ਹੈ, ਅਤੇ ਉਹਨਾਂ ਹੀ ਸਿਖਾਇਆ ਕਿ ਬੇਟਾ ਪਹਿਲਾਂ ਨਮਾਜ਼, ਰਿਸਪੈਕਟ, ਇੱਜ਼ਤ, ਸੀਨੀਅਰ ਦੀ ਹਮੇਸ਼ਾ ਕੀਤੀ ਹੈ, ਅਤੇ ਕਰਾਂਗੇ ਇਨਸ਼ਾਅੱਲਾ ਤਾਲਾ ਜਿੰਨੀ ਤੱਕ ਹੈ ਵਾਂ, ਉਸ ਤੋਂ ਬਾਅਦ ਜਾ ਕੇ ਪਲੇਅਰ ਬਣੋ। ਅਗਰ ਤੁਸੀਂ ਆਪਣੇ ਸੀਨੀਅਰ ਰਿਸਪੈਕਟ ਨਹੀਂ ਕਰ ਰਹੇ, ਮਿਹਨਤ ਨਹੀਂ ਕਰ ਰਹੇ, ਫਿਟਨੈਸ ਆਪਣੀ ਤਾਂ ਨਹੀਂ ਧਿਆਨ ਦੇ ਰਹੇ, ਤੁਸੀਂ ਅੱਛੇ ਪਲੇਅਰ ਨਹੀਂ ਬਣ ਸਕਦੇ, ਤੁਸੀਂ ਫਿਰ ਇੱਕ ਐਵਰੀ ਪਲੇਅਰ ਰਹੋਗੇ। ਤੁਸੀਂ ਜਿਸ ਲੈਵਲ ਦੀ ਮਿਹਨਤ ਕਰਦੇ ਹੋ, ਜਿਸ ਲੈਵਲ ਦੀ ਖੇਡਦੇ ਹੋ, ਫਿਰ ਤੁਹਾਨੂੰ ਉਸ ਲੈਵਲ ਦੀ ਰਹਿੰਦੇ ਹੋ। ਅਗਰ ਤੁਸੀਂ ਗਰਾਊਂਡ 'ਚ ਟਾਈਮ ਪਾਸ ਕਰਨ ਜਾ ਰਹੇ ਹੋ, ਗਰਾਊਂਡ ਤੁਹਾਡਾ ਟਾਈਮ ਪਾਸ ਕਰੇਗਾ। ਅਗਰ ਤੁਸੀਂ ਗਰਾਊਂਡ ਤੋਂ ਸਿੱਖਣ ਜਾ ਰਹੇ ਹੋ, ਗਰਾਊਂਡ ਤੁਹਾਨੂੰ ਸਿਖਾਏਗਾ। ਯੰਗਸਟਰਾਂ ਲਈ ਇਹੀ ਬਸ ਮੇਰਾ ਨਸੀਹਤ ਹੈ ਕਿ ਤੁਸੀਂ ਜਦੋਂ ਗਰਾਊਂਡ ਜਾਂਦੇ ਹੋ, ਸਿੱਖਣ ਜਾਇਆ ਕਰੋ। ਇਹ ਨਹੀਂ ਕਿ ਚਲੋ ਯਾਰ 2 ਘੰਟੇ ਗਰਾਊਂਡ ਪਾਸ ਕਰ ਆਈਏ, ਕੀ ਹੋ ਗਿਆ, ਨਾ ਸਿੱਖਣ ਜਾਓ, ਹਰ ਰੋਜ਼ ਸਿੱਖਣ ਜਾਓ, ਫਿਰ ਤੁਸੀਂ ਜਾ ਕੇ ਪਲੇਅਰ ਬਣੋ। ਤੁਸੀਂ ਦੋਨੋਂ ਯੰਗ ਹੋ, ਫੇਮ ਵੀ ਹੈ, ਪੈਸੇ ਵੀ ਹੈ, ਠੀਕ ਹੈ, ਸਕਰੀਨ 'ਤੇ ਵੀ ਨਜ਼ਰ ਆਉਂਦੇ ਹੋ, ਖਵਾਤੀਨ ਦੇ ਮੈਸੇਜ ਕਾਲਾਂ ਆਉਂਦੀਆਂ? ਹਾਲੇ ਜ਼ਰੂਰੀ ਤਾਂ ਨਹੀਂ ਨਾ ਮਰਦ ਫੈਨ ਹੋਣ, ਕ੍ਰਿਕਟ ਖਵਾਤੀਨ ਵੀ ਦੇਖਦੀਆਂ ਆਉਂਦੇ ਨੇ ਮੈਸੇਜ ਵਗੈਰਾ, ਇਹ ਨਹੀਂ ਕਿ ਅਸੀਂ ਮੁਕਰਨੇ ਆਪੇ, ਠੀਕ ਹੈ। ਭਜਨ ਕਦੀ ਕਦੀ ਮੁੰਡੇ ਵੀ ਕੁੜੀ ਵਾਲੇ ਕਰੀ ਜਾਂਦੇ ਵੈਸੇ, ਲੇਕਿਨ ਇਸ ਚੀਜ਼ ਤੋਂ ਅਵਾਇਡ ਕਰੀ ਦਾ ਬੜਾ ਜ਼ਿਆਦਾ। ਕੀ ਪਤਾ ਕਿਸ ਟਾਈਮ ਸੋਸ਼ਲ ਮੀਡੀਆ ਦੌਰ ਹੈ, ਤੁਹਾਨੂੰ ਕੋਈ ਅੱਲਾ ਮਾਫ਼ ਕਰੇ ਊਚ ਨੀਚ ਖੁਦਾ ਨਾ ਖਾਸਤਾ ਹੋ ਜਾਏ ਤੁਹਾਡੇ ਕੋਲੋਂ, ਇਹਤਿਆਤ ਬਿਹਤਰ ਹੈ, ਉਹ ਚੰਗਾ ਹੈ ਕਿ ਇਗਨੋਰ ਹੀ ਕਰੋ, ਯਾਨੀ ਅਸੀਂ ਅਵਾਇਡ ਕਰਦੇ, ਅਵਾਇਡ ਕਰਨਾ ਬਹੁਤ ਜ਼ਿਆਦਾ। ਕੋਈ ਐਸਾ ਵਾਕਿਆ ਸਾਨੂੰ ਆਪਣੇ ਇੱਕ ਫੈਨ ਦਾ ਤੁਸੀਂ ਦੱਸੋ ਵੀ ਜਿੱਦਾਂ ਤੁਹਾਨੂੰ ਸ਼ੌਕ ਕਰ ਦਿੱਤਾ ਹੋਵੇ, ਚਾਹੇ ਉਹ ਲੜਕੀ ਹੋਵੇ ਚਾਹੇ ਲੜਕਾ, ਐਸਾ ਕੋਈ ਮੁਨਫਰਿਦ ਦੀਵਾਨਾ, ਇਹੋ ਜਿਹੇ ਤਾਂ ਬੜੇ ਜਿਹੇ ਮਿਲੇ ਨੇ ਜਿਹਨਾਂ ਤੁਹਾਨੂੰ ਅੱਜ ਤੱਕ ਤੁਹਾਡੇ ਜ਼ਹਿਨ 'ਚੋਂ ਸਵਾਰ ਹੋਵੇ, ਯਾਰ ਉਹਨਾਂ ਯਾਰ ਕੀ ਅਜੀਬ। 2-3 ਬੰਦਿਆਂ ਨੂੰ ਮਿਲਿਆ, ਪਤਾ ਮੈਨੂੰ ਜਗ੍ਹਾ ਨਹੀਂ ਯਾਦ ਹੈ ਵੀ, ਕਿ ਉਹ ਇੰਤਹਾ ਜ਼ਿਆਦਾ ਮੇਰੇ ਫੈਨ ਸਨ, ਅਤੇ ਮੇਰੇ ਖਿਆਲ ਨਾਲ ਜਦੋਂ ਮੈਂ ਉਹਨਾਂ ਨੂੰ ਮਿਲਿਆ ਅਤੇ ਗਰਮੀ ਦੇ ਵਿੱਚੋਂ ਕੰਬਣ ਡੇ ਗਿਆ, ਕਪਾਹਟ ਇੰਦੀ ਸੀਗੀ ਯਾਰ, ਪ੍ਰੈਸ਼ਰ ਹੁੰਦਾ ਕਿ ਯਾਰ ਤੁਹਾਨੂੰ ਮਿਲਣ ਡੇ ਆ, ਲਾਈਵ ਮੈਨੂੰ ਮਹਿਸੂਸ ਹੋਣ ਡਿਆ, ਹੱਥ ਉਹਦੇ ਕੰਬਣ ਡੇ ਨੇ, ਅਤੇ ਉਹਨਾਂ ਨੂੰ ਫਾੜੇ ਗਲੇ ਨਾਲ ਲਾਇਆ ਕਿ ਯਾਰ ਕੋਈ ਗੱਲ ਨਹੀਂ, ਅਸੀਂ ਵੀ ਇਨਸਾਨ ਹੀ ਆ, ਅਤੇ ਬਾਕੀ ਤਾਂ ਬੜੇ ਜਿਹੇ ਫੈਨ ਨੇ ਅਲਹਮਦੁਲਿਲਾ। ਤੁਹਾਡਾ ਕੋਈ ਤੁਹਾਡਾ ਫੈਨ ਵੀ ਬਹੁਤ ਦੁਨੀਆ ਫੈਨ ਹੈ, ਦੀਵਾਨੀ ਹੈ ਯਾਰ ਅਲਹਮਦੁਲਿਲਾ। ਕੋਈ ਐਸਾ ਫੈਨ ਉਹਦਾ ਕੋਈ ਵਾਕਿਆ ਸੁਣਾਓ। ਨਹੀਂ ਇਸ ਤਰ੍ਹਾਂ ਤਾਂ ਕੋਈ ਨਹੀਂ ਫਿਲਹਾਲ, ਪਰ ਬਹੁਤ ਬੰਦੇ ਸਪੋਰਟ ਕਰਨ ਵਾਲੇ ਨੇ ਯਾਰ,
ਤੁਸੀਂ ਦੋਵਾਂ ਨੂੰ ਮੇਰੇ ਨਾਲ ਗੱਲ ਕਰਕੇ ਕੈਸਾ ਲੱਗਾ? ਹੁਣ ਮੇਰੀ ਥੋੜ੍ਹੀ ਜਿਹੀ ਤਾਰੀਫ਼ ਕਰੋ ਤਾਂ ਫਿਰ ਚਲੀਏ। ਤੁਹਾਡੀ ਕੋਈ ਤਾਰੀਫ਼ ਨਹੀਂ, ਸਾਨੂੰ ਭੁੱਖ ਲਵਾ ਦਿੱਤੀ ਜੀ। ਬਹੁਤ ਸ਼ੁਕਰੀਆ ਜੀ, ਤੁਹਾਡਾ ਸ਼ੁਕਰੀਆ, ਤੁਸੀਂ ਵਕਤ ਦਿੱਤਾ। ਲਵ ਯੂ ਹੈ, ਪਾਕਿਸਤਾਨ ਦਾ ਫਖਰ ਹੋ, ਸਾਡਾ ਫਖਰ ਹੋ ਤੁਸੀਂ। ਹੁਣ ਵੱਡੇ ਭਾਈ ਜਾਨਾਂ ਇਨਸ਼ਾਅੱਲਾ ਤੁਹਾਡੇ ਨਾਲ ਕਰਨਾ ਪੋਡਕਾਸਟ, ਉਹਨਾਂ ਨੂੰ ਮਿਲਿਆ ਜਿਹਨਾਂ ਨੂੰ ਆਖਿਓ ਇਨਸ਼ਾਅੱਲਾ ਮੈਂ ਜਲਦ ਆਵਾਂਗਾ, ਨਾਰਾਜ਼ ਨਹੀਂ ਹੋਣਾ ਵੀ। ਬਸ ਥੋੜ੍ਹਾ ਜਿਹਾ ਬਿਜ਼ੀ ਸ਼ਡਿਊਲ ਹੈ, ਮੈਂ 2-3 ਹਫ਼ਤੇ ਦਾ ਟਾਈਮ ਉਹਨਾਂ ਨੂੰ ਦਿੱਤਾ ਸੀ ਕਿ ਮੈਂ ਇਨਸ਼ਾਅੱਲਾ ਤੁਹਾਡੇ ਕੋਲ ਆਵਾਂਗਾ, ਲੇਕਿਨ ਲਾਈਫ ਇੰਜ ਦੀ ਹੈ, ਕੋਈ ਮਹੀਨਾ ਡੇਢ ਬਾਅਦ ਇਨਸ਼ਾਅੱਲਾ ਸਾਨੂੰ ਥੋੜ੍ਹਾ ਸਕੂਨ ਹੁੰਦਾ ਅਤੇ ਮੈਂ ਲਾਜ਼ਮੀ ਉਹਨਾਂ ਕੋਲ ਆਵਾਂਗਾ। ਥੋੜ੍ਹਾ ਸਕੂਨ ਦਾ ਲਾਜ਼ਮੀ ਆਵਾਂਗਾ, ਉਹਨਾਂ ਕੋਲ ਨਾਰਾਜ਼ ਨਾ ਹੋਇਆ ਜੇ, ਉਹ ਵੀ ਸਾਡੀ ਸੈਲੈਬ੍ਰਿਟੀ ਨੇ, ਸਾਨੂੰ ਸਪੋਰਟ ਕਰਦੇ ਨੇ ਅਤੇ ਕੋਈ ਦਿਲ 'ਚ ਨਹੀਂ ਲਿਆਉਣਾ ਵੀ ਇਹ ਨਹੀਂ ਕਿ ਅੱਲਾ ਮਾਫ਼ ਕਰੇ ਕਿ ਅਸੀਂ ਜਾਣ ਬੁੱਝ ਕੇ ਕਰਨੇ ਆ, ਲੇਕਿਨ ਸਾਡੇ ਕੋਲ ਟਾਈਮ ਨਹੀਂ ਹੁੰਦਾ ਵੀ ਥੋੜ੍ਹਾ ਜਿਹਾ। ਮੈਂ ਤੁਹਾਡਾ ਮੈਸੇਜ ਜ਼ਰੂਰ ਦਿਆਂਗਾ, ਮੈਸੇਜ ਦੇਣਾ। ਮੈਂ ਆਉਂਦਿਆਂ ਉਹਨਾਂ ਨੂੰ ਦੱਸਿਆ ਮੈਂ ਜਾ ਰਿਹਾ ਵਾਂ, ਠੀਕ ਹੈ ਤਾਂ ਆ ਦਿਨ ਮੇਰਾ ਸਲਾਮ ਬਸ ਅਰਜ਼ ਕਰ ਦੇਣਾ। ਬਾਕੀ ਸਲਾਮ, ਬੜੇ ਬੜਾ ਪਿਆਰ ਉਹਨਾਂ ਲਈ ਅਤੇ ਜਲਦ ਇਨਸ਼ਾਅੱਲਾ ਇੱਕ ਵੰਡ ਹੋ ਤੂੰ ਮੇਰਾ ਸਲਾਮ ਆਖਰੀ ਹੋ ਵੀ ਤੁਸੀਂ ਲੈ ਲਓ ਜਨਾਬ, ਸਾਡੇ ਕੋਲ ਉੱਥੇ ਸੰਧੂ ਸਾਹਿਬ ਨੇ ਕਿ ਅਬਰਾਰ ਸੰਧੂ ਸਾਹਿਬ ਜੇਲਮ ਤੋਂ ਉਹ ਤੁਹਾਡੇ ਵੰਡ ਹੋ ਦੇ ਉਹਨਾਂ ਕਿਹਾ ਮੇਰਾ ਸਲਾਮ ਵੀ ਅਰਜ਼ ਕਰ ਦੇ। ਜਾਣਦੇ ਹੋ ਉਹਨਾਂ ਨੂੰ ਅਬਰਾਰ ਸੰਧੂ? ਸ਼ਕਲੋ ਸ਼ਾਇਦ ਮੈਂ ਵਾਕਫ ਹੋਵਾਂ। ਚਲੋ ਹੈ, ਤੁਹਾਡੇ ਵੰਡ ਹੋ ਦੇ ਖਾਸ ਵੰਡ ਹੋ ਦੇ ਨੇ, ਖਾਸ ਵੰਡ ਹੋ ਦੇ ਜੇਲਮ ਸ਼ਿਫਟ ਹੋਏ। ਚਲੋ ਇਨਸ਼ਾਅੱਲਾ ਜਦੋਂ ਜੇਲਮ ਆਏ ਫਿਰ ਮੁਲਾਕਾਤ ਕਰਾਂਗੇ। ਬਹੁਤ ਸ਼ੁਕਰੀਆ, ਵੈਰੀ ਨਾਈਸ ਆਫ ਯੂ, ਦੋਵਾਂ ਭਾਈਆਂ ਦਾ।